ਇਹਦਾ ਜੋ ਵਚਨ ਹੈ ਉਹ ਹੈਗਾ ਪੁਟ ਦਾ ਡੈਵਲ ਟੂ ਫਲਾਈਟ ਐ ਐ ਜਾਇ ਖੜਾ ਕੀਤਾ ਬਾਹਰ ਮੈਂ ਚੜਾੜਾਂ ਦੇ ਵਿੱਚ ਡਾਲਣਾ ਮੈਨੂੰ ਪੰਜਾਬੀ ਦੱਸਦਾ ਸ਼ੈਤਾਨ ਨੂੰ ਭਜਾ ਦਿਓ ਹਮ ਲਾਈਕ ਬ੍ਰਦਰ ਕੈਨੇਥ ਹੈ ਕੈਨ ਲਾਈਕ ਟੂ ਸੇ ਪੁਟ ਦਾ ਡੈਵਲ ਔਨ ਫਨ ਐਂਡ ਹੈਵ ਲੋਟ ਆਫ ਫਨ ਹੈ ਕੰਨਾ ਸ਼ੈਤਾਨ ਨੂੰ ਲਾ ਦੋ ਦੌੜਾ ਦੀਆਂ ਤਾਂ ਦੱਸਾਂ ਆਪਾਂ ਡਿਸਕਰੇਜਡ ਕਿਉਂ ਹੁੰਨੇ ਆ ਹਮ ਕਿ ਯਾਰ ਇਹਨੂੰ ਆਪਾਂ ਬਾਰ-ਬਾਰ ਇੱਕ ਗੱਲ ਸੁਣਦੇ ਪ੍ਰੇਅਰ ਕਰੋ ਪ੍ਰੇਅਰ ਕਰੋ ਪ੍ਰੇਅਰ ਕਰੋ ਬੰਦਾ ਕਹਿੰਦਾ ਮੈਂ ਆਕ ਗਿਆ ਕਾਹ ਤੋਂ ਕਰਾਂ ਮੈਂ ਪ੍ਰੇਅਰ ਲਿਸਨ ਇਟਸ ਨੋਟ ਅ ਰਿਲੀਜੀਅਸ ਐਕਟੀਵਿਟੀ ਪ੍ਰੇਅਰ ਕੋ ਇਹ ਨਹੀਂ ਆ ਕਿ ਫਰਜ਼ ਪੂਰਾ ਕੀਤਾ ਕਹਿੰਦੇ ਨਾ ਤੁਹਾਡਾ ਮਨ ਲੱਗੇ ਚਾਹੇ ਨਾ ਲੱਗੇ ਹਜ਼ੂਰੀ 'ਚ ਬਹਿ ਜਾਓ ਜਿਹਨੂੰ ਕਹਿੰਦੇ ਕੀ ਕਹਿੰਦੇ ਹੁੰਦੇ ਆ ਹਾਜ਼ਰੀ ਲਵਾ ਦਿਓ ਲਿਸਨ ਅਗਰ ਤੁਹਾਡਾ ਮਨ ਹੀ ਨਹੀਂ ਲੱਗਿਆ ਉਹ ਹਾਜ਼ਰੀ ਵੀ ਨਹੀਂ ਲੱਗੀ ਫਾਇਦਾ ਹੀ ਨਹੀਂ ਹੋਇਆ ਬੈਠਣ ਦਾ ਇਹਨੂੰ ਜੰਗਾਇਓ ਉਸ ਕਾ ਉਸ ਟਾਈਮ ਚ ਕੁਝ ਹੋਰ ਕਰ ਲੰਦੇ ਟਾਈਮ ਯੂਟਿਲਾਈਜ਼ ਹੋ ਜਾਂਦਾ ਹੈ ਨਾ ਤੁਸੀਂ ਕਿਉਂ ਪ੍ਰੇਅਰ ਕਰਦੇ ਆ ਤੁਹਾਨੂੰ ਦੱਸਦਾ ਬ੍ਰਦਰ ਇੱਕ ਮੈਂ ਤੁਹਾਨੂੰ ਫੋਟੋ ਭੇਜਦਾ ਤੁਸ਼ਾਰ ਬ੍ਰਦਰ ਉੱਥੇ ਡਿਸਪਲੇ ਕਰੋ ਠੀਕ ਹੈ ਤੁਹਾਨੂੰ ਦੱਸਦਾ ਤੁਸੀਂ ਕਿਉਂ ਪ੍ਰੇਅਰ ਕਰਦੇ ਆ ਜੀਜ਼ਸ ਇਜ਼ ਗੁੱਡ ਹਮ ਹਾਊ ਮਨੀ ਟਾਈਮਸ ਹਾਊ ਮਨੀ ਟਾਈਮਸ ਕਿੰਨੀ ਵਾਰ ਕਿੰਨਾ ਭਲਾ ਹੋ ਹallelujah ਤਦਾ ਜਲਦੀ ਜਲਦੀ ਦਿਖਾ ਦਿਓ ਆਪਾਂ ਕਿਉਂ ਪ੍ਰੇਅਰ ਕਰਦੇ ਆ ਯੂ ਜਸਟ ਗੋਣਾ ਸੀ ਜਿਹੜੇ ਬੰਦੇ ਇੱਧਰ ਬੈਠੇ ਆ ਆਮ ਸੌਰੀ ਲਾਈਵ ਉੱਤੇ ਜਾ ਕੇ ਦੇਖ ਲੈ ਕਰੇ ਹਾਂ ਕਿਉਂ ਤੁਸੀਂ ਪ੍ਰੇਅਰ ਕਰਦੇ ਆ ਜਦੋਂ ਅੰਦਰ ਬਣੇ ਯੂ ਅੰਡਰਸਟੈਂਡ ਨਾਊ ਕਹਿੰਦਾ ਵਨ ਆਮ ਗੋਇੰਗ ਇਨਟੂ ਪ੍ਰੇਅ ਰੂਮ ਆਮ ਲਾਈਕ ਥੈਟ ਮਿਓ ਮਿਓ ਵਨ ਆ ਕਮ ਆਊਟ ਆਮ ਲਾਈਕ ਏ ਡੋਟ ਮੈਸ With ਮੀ ਯੂ ਹੈਸ ਮੀ With ਮੀ ਯੂ ਆ ਡਨ ਏ ਵੈਨ ਯੂ ਗੋ ਇਨ ਬਲੂੰਗੜੇ ਹਾਂ ਬਲੂੰਗੜੀ ਅੰਡਰਸਟੈਂਡ ਪਰ ਜਦੋਂ ਬਾਹਰ ਆਏ शेर ਦਹਾੜ ਰਿਆ ਆਪਣੇ ਹੱਥਾਂ ਨੂੰ ਉਠਾਓ ਬੋਲੋ ਪਰਮੇਸ਼ਰ ਮੈਂ ਦਹਾੜਾਂ ਮੈਂ ਆਪਣੀ ਅਥਾਰਟੀ ਨੂੰ ਸਮਝਾਂ ਮੈਂ ਕਿਸੇ ਵੀ ਚੀਜ਼ ਨੂੰ ਆਪਣੇ ਆਪ ਨੂੰ ਇਨਫਲੂਐਂਸ ਨਾ ਕਰੰਦਾ ਮਾਂ ਇਨ ਜੀਜ਼ਸ ਨੇਮ ਆਮੇਨ ਸੀਰੀਅਸ ਦੇਖੋ ਕਿੱਦਾਂ ਹੁੰਦੇ ਆ ਮੈਂਟੋ ਮੈਂ ਅੰਦਰ ਗਏ ਬ੍ਰਦਰ ਜੀ ਆ ਕੇ ਦਿਖਾਓ ਯਾਰ ਫੋਟੋ ਆਮ ਨਾਟ ਡਨ ਏਟ ਲਾਈ ਲੱਗੀ ਰਹਿਣਾ ਤੁਹਾਨੂੰ ਥੋੜੀ ਦੇਰ ਸੋ ਪ੍ਰੇਅਰ ਇਜ਼ ਨਾਟ ਅ ਰਿਲੀਜੀਅਸ ਐਕਟੀਵਿਟੀ ਤੇ ਵੀ ਕਿਉਂ ਪ੍ਰੇਅਰ ਕਰਦੇ ਆ ਤਾਂ ਕਿ ਤੁਸੀਂ ਕੌਨਫੀਡੈਂਸ ਨਾ ਭਰੋ ਤੁਹਾਨੂੰ ਪਤਾ ਹੋਵੇ ਤੁਸੀਂ ਕੌਣ ਆ ਤੁਹਾਨੂੰ ਪਤਾ ਜੇ ਕੋਈ ਬਲੀਵਰ ਨਵਾਂ ਆ ਤਾਂ ਉਹਨੂੰ ਸਿਖਾਣਾ ਪੈਂਦਾ ਓਕੇ ਪ੍ਰਭੂ ਯਸ਼ੂ ਮਸੀਹ ਤੁਹਾਡਾ ਧੰਨਵਾਦ ਤੁਸੀਂ ਮੇਰੇ ਲਈ ਜਾਨ ਦਿੱਤੀ ਧੰਨਵਾਦ ਮੇਰੇ ਪਾਪਾ ਨੂੰ ਮਾਫ ਕੀਤਾ ਧੰਨਵਾਦ ਅੱਜ ਮੈਂ ਬਚ ਗਿਆ ਧੰਨਵਾਦ ਮੈਂ ਆਜ਼ਾਦ ਹਾਂ ਧੰਨਵਾਦ ਇਨ ਜੀਜ਼ਸ ਨੇਮ ਆਮਨ ਬੜੇ ਕੁ ਪ੍ਰੇਰਾਈ ਸਪਿਰਿਟ ਦੁਆਰਾ ਲੀਡ ਕੀਤੀ ਜਾਂਦੀ ਹੈ ਜਦੇ ਵਸੇ ਪੰਜ ਸੈਂਟੈਂਸ ਨਹੀਂ ਆ ਪੰਜ ਸ਼ਬਦ ਨਹੀਂ ਆ ਉਹ ਆਂਦੀ ਫਿਰ ਇਦਾਂ ਇਦਾਂ ਦੀਆਂ ਗੱਲਾਂ ਆਂਦੀਆਂ ਜਿਹੜੇ ਬੰਦਾ ਸੋਚਦਾ ਓ ਮਾਈ ਗੋਡ ਆ ਕਿੱਥੋਂ ਆਇਆ ਆ ਕਿੱਥੋਂ ਆਇਆ ਫਿਰ ਉਹ ਵਚਨ ਵੀ ਯਾਦ ਆਉਂਦੇ ਜਿਹੜੇ ਆਪਾਂ ਸਾਲਾਂ ਪਹਿਲਾਂ ਪੜ੍ਹੇ ਹੁੰਦੇ why because it is who the holy ghost ਤੁਹਾਨੂੰ ਕੌਨਫੀਡੈਂਸ ਚਾਹੀਦਾ ਸਮਝ ਰਹੇ ਹੋ ਬ੍ਰਦਰ ਇੱਕ ਵਰਸਿਸ ਕਢਿਓ ਉਥੇ ਇੱਕ ਵਰਸ ਸੁਣੀਆਂ ਜੇਮਸ ਬੁੱਕ ਆਫ ਜੇਮਸ ਚੈਪਟਰ ਨੰਬਰ 4 ਵਰਸ ਨੰਬਰ 6 ਐਂਡ 7 ਪੜਾਂਗੇ ਯਾਕੂਬ ਉਹਦਾ ਚੌਥਾ ਅਧਿਆਇ 6 ਤੇ 7 ਨੰਬਰ ਆਇਤ ਹਾਂਜੀ ਹੂੰ ਹੂੰ ਹਾਂਜੀ ਆਪਾਂ ਪਹਿਲਾਂ ਛੇ ਪੜ੍ਹਦੇ تھے ਕੀ ਲਿਖਿਆ ਪੰਜਾਬੀ ਚ ਪਰ ਉਹ ਹੋਰ ਵੀ ਕਿਰਪਾ ਕਰਦਾ ਹੈ ਇੰਗਲਿਸ਼ ਲਿਖਿਆ ਬਟ ਹੀ ਗਿਵਸ ਮੋਰ ਗ੍ਰੇਸ ਯੂ ਅੰਡਰਸਟੈਂਡ ਗ੍ਰੇਸ ਹੈਗੀ ਗ੍ਰੇਸ ਕਈਆਂ ਦੇ ਕੋਲ ਇੰਨੀ ਗ੍ਰੇਸ ਆ ਕਦੀ ਯੂਜ਼ ਹੀ ਨਹੀਂ ਕੀਤੀ ਤਾਂ ਦੱਸਾਂ ਮੈਂ ਇੱਕ ਦਿਨ ਬੈਠਾ ਮੈਂ ਕਿਹਾ ਪਰਮੇਸ਼ਰ ਮੈਨੂੰ ਕੋਈ ਬਹੁਤ ਡੈਪਥ ਵਿੱਚ ਕੁਝ ਸਿਖਾ ਰਿਹਾ ਸੀ ਮੈਂ ਕਿਹਾ ਪਰਮੇਸ਼ਰ ਮੈਂ ਕਹਿ ਰੂ ਨਹੀਂ ਦੱਸਣਾ ਕਹਿੰਦਾ ਜਿੰਨਾ ਮੈਂ ਤੈਨੂੰ ਦਿੰਨਾ ਅਗਰ ਉਹ ਗਾ ਨਹੀਂ ਦੱਸੂਗਾ ਮੈਂ ਹੋਰ ਨਹੀਂ ਦੇਣਾ ਇੱਕ ਦਿਨ ਮੈਨੂੰ ਨਾ ਅਸੀਂ ਮੈਨੂੰ ਯਾਦ ਆ ਮੀਟਿੰਗ ਕਿਸਦੇ ਘਰੇ ਕਰ ਰਹੇ ਸੀਗੇ ਇਟਸ ਅਬਾਊਟ 4-5 ਸਾਲ ਹੋ ਗਏ ਉਦੋਂ ਮੈਂ ਆਪਣਾ ਪਰਸਨਲ ਲਾਈਫ ਸਟ੍ਰੀਮ ਵੀ ਨਹੀਂ ਸਟਾਰਟ ਕੀਤਾ ਯਾ ਆਈ ਥਿੰਕ ਯਾ ਕਿਤੇ ਘਰੇ ਮੀਟਿੰਗ ਕਰਨ ਦੇ ਮੈਨੂੰ ਕਿਹਦਾ ਨਾਮ ਯਾਦ ਆਇਆ ਹੈਣਾ ਜਦੋਂ ਮੈਨੂੰ ਨਾਮ ਯਾਦ ਆਇਆ ਸਪਿਰਿਟਸ ਆਇਆ ਮੇਰੇ ਇੱਕ ਨਾਮ ਤੇ ਮੈਂ ਬੋਲਿਆ ਨਹੀਂ ਮੈਂ ਕਿਹਾ ਪਰਮੇਸ਼ਰ ਅੱਗੇ தாਸ ਪਹਿਲਾਂ ਮੈਂ ਕਹਦਾ ਉਹ ਇਹ ਬੋਲਾਂ ਇੰਨਾ ਪਰਮੇਸ਼ਰ ਕਹਿੰਦਾ ਜਿੰਨਾ ਮੈਂ ਤੈਨੂੰ ਕੰਮ ਕਿਹਾ ਅਗਰ ਉੰਨਾ ਕਰੂੰਗਾ ਫਿਰ ਮੈਂ ਤੈਨੂੰ ਅੱਗੇ ਵੀ ਦੱਸੂੰਗਾ ਕਿੰਨੇ ਆਣੇ ਸਮਝ ਲੈ ਕਹਿੰਦਾ ਵਿਸ਼ਵਾਸ ਜਿਹੜਾ ਆ ਕਹਿੰਦਾ ਅਸੀਂ ਅੱਖਾਂ ਨਾਲ ਨਹੀਂ ਚੱਲਦੇ ਅਸੀਂ ਕਿਹਨਾਂ ਚੱਲਦੇ ਆ ਵੀ ਡੋ ਵਾਕ ਬਾਈ ਸਾਈਟ ਸੋ ਵਿਸ਼ਵਾਸ ਇਹ ਹੀ ਆ ਜਿੰਨਾ ਉਹਨੇ ਮੈਨੂੰ ਕਿਹਾ ਮੁੰਨਾ ਕਰਾਂ ਅਗਲਾ ਵੀ ਉਹਨੇ ਦੇਣਾ ਸਮਝ ਰਹੇ ਐਂਡ ਉਹਦੀ ਕਿਰਪਾ ਆ ਕਿ ਅੱਜ ਅਸੀਂ ਉਹਨੂੰ ਸੁਣ پا ਰਹੇ ਆ ਅੱਜ ਅਸੀਂ ਵਿਚਾਰੇ ਨਹੀਂ ਫੀਲ ਕਰਦੇ ਅੱਜ ਅਸੀਂ ਵਿਚਾਰੇ ਨਹੀਂ ਆਹ ਓ ਮਾਈ ਗਾਡ ਕੀ ਕਰੀਏ ਹੁਣ ਹਫੜਾ ਦਫੜੀ ਮਾ ਜੀ ਓ ਹੀ ਗਿਵਸ ਵਾ

ਹੋਲਡਿੰਗ ਵਨਸ ਗਰਾਉਂਡ ਐਂਡ ਰਿਫਿਊਜ਼ਿੰਗ ਟੂ ਬੀ ਮੂਵਡ ਪੰਜਾਬੀ ਦਾਹਦਾ ਕਿ ਇੱਕ ਜਗ੍ਹਾ ਖੜ ਜਾਣਾ ਤੇ ਰਿਫਿਊਜ਼ ਕਰਨਾ ਕਿ ਮੈਂ ਇਥੋਂ ਹਿਲਣ ਵਾਲਾ ਸਬਮਿਸ਼ਨ ਸਮਝ ਰਹੇ ਸਬਮਿਸ਼ਨ ਮੀਨਸ ਅਗਰ ਮੈਂ ਇੱਥੇ ਖੜ ਗਿਆ ਮੈਂ ਹਿਲਣ ਵਾਲਾ ਨਹੀਂ ਇਥੋਂ ਐਨਮੀ ਤੁਹਾਨੂੰ ਹਲਾਉਣ ਦੀ ਕੋਸ਼ਿਸ਼ ਕਰਦਾ ਇੱਕ ਬੜਾ ਬਿਊਟੀਫੁਲ ਚੀਜ਼ ਤੁਹਾਨੂੰ ਮੈਂ ਇਹਨੂੰ इजीली ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਅ ਬ੍ਰਦਰ ਕੈਨੇਥੀ ਅਗੇ ਨੇ ਕਹਿੰਦੇ ਮੈਨੂੰ ਇੱਕ ਦਿਨ ਸੁਪਨਾ ਆਇਆ ਕਹਿੰਦੇ ਸੁਪਨਾ ਆਇਆ ਸੁਪਨੇ ਦੇ ਵਿੱਚ ਕੀ ਹੁੰਦਾ ਕਹਿੰਦੇ ਮੈਂ ਤਾਂ ਮੇਰੇ ਨਾਲ ਇੱਕ ਪਰਸਨ ਹੁੰਦਾ ਕਹਿੰਦਾ ਭੱਜੇ ਜਾਣੇ ਪਏ ਸਾਡੇ ਪਿੱਛੇ ਸ਼ੇਰ ਲੱਗੇ ਹੂੰ ਕਈ ਲੋਕੀ ਕਹਿੰਦੇ ਸੱਪ ਕੀ ਆ ਸੱਪ ਨੂੰ ਕਹਿੰਦੇ ਸ਼ੈਤਾਨ ਕਹਿੰਦੇ ਲੋਗ ਸ਼ੇਰ ਨੂੰ ਵੀ ਕਹਿ ਦੋ ਹੁਣ ਕਹਿੰਦਾ ਉਹ ਬੁੱਕ ਦੇ ਕਿਦੇ ਵਾਂਗੂ ਫਿਰਦਾ ਹਾਂ ਕਿਨੂੰ ਪਾੜ ਖਾਵਾਂ ਸਮਝ ਰਹੇ ਸੋ ਸਨੇਕ ਇੱਕ ਐਗਜ਼ਾਮਪਲ ਦੇ ਤੌਰ ਤੇ ਯੂਜ਼ ਕੀਤੇ ਆ ਨਾ ਬੜੀ ਬਿਊਟੀਫੁਲ ਕ੍ਰੀਏਸ਼ਨ ਆ ਖੁਦਾ ਦੀ ਪਰ ਇੱਥੇ ਉਹਨਾਂ ਦੇ ਮਗਰ ਸ਼ੇਰ ਲੱਗੇ ਦੌੜਾਂ ਲੱਗੀਆਂ ਵਈਆਂ ਕਹਿੰਦੇ ਸ਼ੇਰ ਲੱਗੇ ਅਸੀਂ ਭੱਜੇ ਜਾਣੇ ਭੱਜੇ ਜਾਣੇ ਕਹਿੰਦੇ ਇੱਕ ਟਾਈਮ ਤੇ ਆਣ ਕੇ ਸੋਚਦੇ ਇੰਨੀ ਤੇਜ਼ ਭੱਜ ਨਹੀਂ ਹੋਣਾ ਸ਼ੇਰਾਂ ਨੇ ਸਾਨੂੰ ਫੜ ਲੈਣਾ ਕਹਿੰਦੇ ਫਿਰ ਮੇਰੇ ਅੰਦਰ ਆਵਾਜ਼ ਆਈ ਖੜ ਜਾ ਐਣ ਇੱਥੇ ਇੱਕ ਗੱਲ ਲਿਖੀ ਆ ਕਹਿੰਦਾ ਰਿਜ਼ਿਸਟ ਰਿਜ਼ਿਸਟ ਮੀਨਸ ਹੜ ਕੇ ਸਟੈਂਡ ਲੈ ਕੇ ਸਾਹਮਣਾ ਕਰਨਾ ਕਹਿੰਦੇ ਫਿਰ ਮੈਂ ਕੀ ਕੀਤਾ ਅਸੀਂ ਖੜ ਗਏ ਕਹਿੰਦੇ ਸ਼ੇਰ ਆਏ ਆਣ ਕੇ ਸਾਨੂੰ ਸਨਿਫ ਸੁੰਗਿਆ ਸੁੰਗ ਗਏ ਚੱਲ ਗਏ ਤਾਨੂੰ ਪਤਾ ਕੁੱਤੇ ਦੇ ਵਿੱਚ ਡੌਗ ਦੇ ਵਿੱਚ ਇਹ ਉਹਨੂੰ 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 ਸਮੈਲ ਆ ਜਾਂਦੀ ਹੈ ਅਗਰ ਕੋਈ ਡਰਨਦਿਆ ਜਿਹੜਾ ਜਿਹੜਾ ਤੁਹਾਡਾ ਦੁਸ਼ਮਣ ਹੈ ਸ਼ੈਤਾਨ ਉਹ ਪਤਾ ਇੱਥੇ ਕਦੋਂ ਦਾ ਆ ਅਸੀਂ ਜੰਮੇ ਵੀ ਨਹੀਂ ਉਦੋਂ ਪਰ ਮੈਂ ਇਹ ਕਹਿ ਗਿਆ ਤੁਹਾਨੂੰ ਡਰਾ ਨਹੀਂ ਰਿਆ ਅੱਜ ਤੁਹਾਡੇ ਕੋਲ ਉਹਦੇ ਨਾਲ ਜ਼ਿਆਦਾ ਅਥਾਰਟੀ ਆ ਬਟ ਪਰਮੇਸ਼ਰ ਤੁਹਾਨੂੰ ਕੁਝ ਕਹਿ ਰਿਹਾ ਇੱਥੇ ਸਟੈਂਡ ਲੈ ਆਪਣਾ ਰਿਜ਼ਿਸਟ ਸਟੈਂਡ ਤੇ ਅਹੀ ਲਾਈ ਨਹੀਂ ਰੇ ਧੋੜਾ ਲੱਗਿਆ ਪਈਆਂ ਕਿਹਨੇ ਤੁਹਾਨੂੰ ਕਹਤਾ ਫੋਨ ਕਰਕੇ ਉਹ ਮੈਨੂੰ ਲੱਗਦਾ ਮੇਰੇ ਤੇ ਕਿਹਨੇ ਜਾਦੂ ਟੂਣਾ ਕੀਤਾ ਮੇ ਲਈ ਪ੍ਰੇਅਰ ਕਰਦੇ ਉਹ ਮੈਂ ਨਹੀਂ ਕਰਨੀ ਉਹ ਜਾਦੂ ਟੂਣਾ ਮੇ ਤੇ ਆਣਾ ਆਣਾ ਹੀ ਆ ਕਿਉਂ ਕਿ ਪ੍ਰੇਅਰ ਨਹੀਂ ਕੀਤੀ ਬਲੂੰਗੜਿਆਂ ਵਾਂਗੂ ਤੁਰੇ ਫਿਰਦੇ ਫਿਰ ਪ੍ਰੇਅਰ ਰੂਮ ਚ ਵੜਾ ਹੀ ਨਹੀਂ ਅਪਰ ਰੂਮ ਚ ਗਏ ਹੀ ਨਹੀਂ ਕਿੰਨੇ ਨੇ ਸਮਝਦੇ ਇਸ ਗੱਲ ਨੂੰ ਕੁਝ ਵੱਡੀਆਂ ਗੁੱਜੀਆਂ ਗੱਲਾਂ ਤਾਂ ਨਹੀਂ ਸਿੰਪਲ ਗੱਲ ਕਰ ਰਹੇ ਮੈਂ ਕਹਿੰਦਾ ਰਿਸਿਸ ધ ਡੈਵਲ ਐਂਡ ਹੀ ਵਿਲ ਫਲੀ ਫਲੀ ਭੱਜੂਗਾ ਕਹਿੰਦਾ ਤੇਤੋਂ ਉਹ ਕਹਿੰਦਾ ਉਹਦਾ ਕੀ ਕਰ ਕੀ ਕਰ ਤੇ ਪੜੋਸੀ ਨੂੰ ਬੋਲੋ ਸਾਹਮਣਾ ਸ਼ੈਤਾਨ ਦਾ ਸਾਹਮਣਾ ਕਰ ਬੋਲੋ ਸ਼ੈਤਾਨ ਦਾ ਸਾਹਮਣਾ ਕਰ ਐਂਡ ਉਹ ਤੇਤੋਂ ਕੀ ਜਦ ਸਵੇਰੇ ਉੱਠਦੇ ਹੁੰਨੇ ਨਾ ਜੇ ਡਿਸਕਰੇਜਮੈਂਟ ਆਵੇ ਆਪਣੇ ਆਪ ਨੂੰ ਕਿਆ ਕਰੋ ਓਏ ਹੋਏ ਹੋਏ ਨਾ 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 ਕਬਰਾਨਾ ਨਹੀਂ ਖੜ ਜਾ ਸਾਹਮਣਾ ਕਰ ਉਹਦਾ ਜੁੱਤੀ ਚੱਕ ਭਜਾਰ ਨੂੰ ਇਸਮ ਨੇ ਕਿਹਾ ਉਹ ਅਧਿਕਾਰ ਜੋ ਪਿਤਾ ਵੱਲੋਂ ਮिन्नੂ ਮਿਲੇ ਮੈਂ ਤੈਨੂੰ ਦਿੰਨਾ ਪਰ ਆਪਾਂ ਕੀ ਹਾਂ ਇਗਨੋਰੈਂਟ ਤੁਹਾਨੂੰ ਪਤਾ ਡਿਲੀਵਰੈਂਸ ਕਦੋਂ ਹੁੰਦੀ ਬੰਦੇ ਦੀ ਕਦੋਂ ਦੀ ਡਿਲੀਵਰੈਂਸ ਜਦੋਂ ਉਹਦੀ ਇਗਨੋਰੈਂਸ ਦਾ ਸਾਹਮਣਾ ਹੁੰਦਾ ਜਦੋਂ ਉਹਨੂੰ ਜਿਹੜਾ ਨਹੀਂ ਪਤਾ ਜਦੋਂ ਉਹਨੂੰ ਪਤਾ ਲੱਗਦਾ ਕਿ ਮੈਂ ਤਾਂ ਆਜ਼ਾਦ ਕੀਤਾ ਗਿਆ ਇਸ਼ਮਸੀ ਦੇਵਰਾ ਫਿਰ ਉਹ ਕੀ ਹੋ ਜਾਂਦਾ ਫ੍ਰੀ ਕੀ ਕਰਨਾ ਸ਼ੈਤਾਨ ਦਾ ਤਾਂ ਫਿਰ ਉਹ ਕੀ ਹੋਊਗਾ ਪਲੀ ਯੈਸ ਕੋਣ ਬੋਲਿਆ ਕਿੱਥੇ ਬੋਲਿਆ ਪਲੀ ਦੈਟਸ ਇਟ ਫਿਰ ਤੋਂ ਬੋਲ ਆਪਣੇ ਪਰੋਸ ਨੂੰ ਸ਼ੈਤਾਨ ਦਾ ਸਾਹਮਣਾ ਕਰ ਉਹ ਤੇ ਤੋਂ ਭੱਜ ਜੂਗਾ ਦੇਖੋ ਦੇਖੋ ਇੱਧਰ ਉਹਦੇ ਹਾਲ ਦੇਖ ਕੇ ਕਹੋ ਉਹਨੂੰ ਉਹਨੂੰ ਫੀਲ ਹੋਣਾ ਚਾਹੀਦਾ ਕਿ ਤੁਸੀਂ ਉਹਨੂੰ ਕਿਹਾ ਫਰਜ਼ ਨਹੀਂ ਪੂਰਾ ਕੀਤਾ ਇਹਨੇ ਕਿ ਮੇਰੇ ਕਹਿੰਦੇ ਫਰਜ਼ ਹੱਲਾ ਵੱਲਾ ਹਲਾ ਗਏ ਸ਼ੈਤਾਨ ਦਾ ਸਾਹਮਣਾ ਕਰ ਉਹ ਤੇ ਤੋਂ ਭੱਜ ਜੂਗਾ ਇੰਨੀ ਜੋਰ ਨਾਲ ਹਲਾਇਓ ਬੁੜਕੇ ਕਵੇ ਬਾਹਰ ਮਿਲਦਾ ਤੁਹਾਨੂੰ ਮਬਾਜ ਪੰਜ ਵਾਰੀ ਕਹੋ ਫਿਰ ਤੋਂ ਆਪਣੇ ਪੜੋਸ ਨੂੰ ਕਹੋ ਇੱਕ ਦੂਜੇ ਨਾਲ ਦੇਖ ਲੋ ਹਸਬੰਡ ਵਾਈਫ ਹਾਂ ਕੋਈ ਗੱਲ ਨਹੀਂ ਹallelujah ਪਰ ਤੁਹਾਨੂੰ ਕੀ ਕਰਨਾ ਪੈਣਾ ਸਟੈਂਡ ਲੈਣਾ ਪੈਣਾ ਅਟਲ ਖੜਨਾ ਪੈਣਾ ਰੈਡੀਆਂ ਫਿਰ ਖੜਨ ਲਈ ਭੱਜਿਓ ਨਾ ਫਿਰ ਤੁਹਾਨੂੰ ਦੱਸਾਂ ਜ਼ਖਮੀ ਕਿਹੜੇ ਬੰਦੇ ਜ਼ਿਆਦਾ ਹੁੰਦੇ ਤੁਹਾਨੂੰ ਪਤਾ ਜਿਹੜੇ ਜਦੋਂ ਅਸੀਂ ਵਾਰਚ ਲੱਗੇ ਆ ਕਈ ਲੋਗ ਲੱਛੇ ਜਦੋਂ ਹੁਣ ਮੈਂ ਪ੍ਰੀਚ ਕਰ ਰਿਹਾ ਮੈਂ ਯੂਜ਼ੂਲੀ ਟੀਮ ਨੂੰ ਕਹਿੰਦਾ ਮੈਂ ਕਹਾਂ ਤੁਸੀਂ ਰਡਾਰ ਤੇ ਆ ਤੁਸੀਂ ਫਰੰਟ ਲਾਈਨ ਵਾਰੀਅਰ ਆ ਤੇ ਜਦੋਂ ਤੀਰ ਆਂਦੇ ਪਹਿਲਾਂ ਕਿਹਨਾਂ ਦੇ ਵਜੜੇੜੇ ਫਰੰਟ ਤੇ ਖੜੇ ਆ ਇਸ ਕਰਕੇ ਤੁਹਾਨੂੰ ਜਾਦੀ ਪ੍ਰੋਟੈਕਸ਼ਨ ਕਰਨੀ ਪੈਣੀਆ ਕਿਉਂਕਿ ਐਨਮੀ ਫਰੰਟ ਫਰੰਟ ਤੇ ਜਿਹੜੇ ਬੰਦੇ ਪਹਿਲਾਂ ਉਹਨਾਂ ਨੂੰ ਛਿਲ ਰਿਹਾ ਸਮਝ ਰਹੇ ਉਹਨੂੰ ਬਾਕੀਆਂ ਨੂੰ ਕੋਈ ਉਹਨੇ ਕਹਣਾ ਠੀਕ ਆ ਇਹ ਤੇ ਚਲ 50% ਆ ਇਹਨੂੰ ਮੈਂ ਬਾਅਦ ਦੇ ਲੂੰਗਾ ਪਹਿਲਾਂ ਇਹਨੂੰ ਫੜਾ ਪਰ ਮੈਂ ਕੀ ਕਰਨਾ ਸਟੈਂਡ ਲੈਣਾ ਸਮਝ ਰਹੇ ਮੈਂ ਕੀ ਕਰਨਾ ਸਟੈਂਡ ਲੈਣਾ ਇੱਥੇ ਇੱਕ ਇੱਕ ਜਦੋਂ ਨੂੰ ਥੋੜਾ ਡੀਪ ਜਾਂਦੇ ਹਾਂ ਉੱਥੇ ਕਿ ਲਿਖਿਆ ਕਹਿੰਦਾ 180 ਡਿਗਰੀ ਦਾ ਸਟੈਂਡ 180 ਡਿਗਰੀ ਹੁੰਦਾ ਜਦੋਂ ਹੁਣ ਮੈਂ ਤੁਹਾਨੂੰ ਕਿ ਦੱਸਾਂ ਸਮਝਾਵਾਂ ਹਾਂ ਸਿੱਧਾ ਇੱਕ ਹਾਂ ਆਈ نو ਸਿੱਧਾ ਪੈਨ ਦਿਓ ਇੱਕ ਇੱਕ ਪੈਨ ਦਿਓ ਮੈਂ ਤੁਹਾਨੂੰ ਦੱਸਦਾ ਤੁਹਾਡੇ ਕਰਕੇ ਮੈਂ ਵਰਕਾ ਪਾੜਿਆ ਆਪਣੇ ਕਾਪੀ ਦਾ ਹੁਣ ਧਿਆਨ ਨਾਲ ਸਮਝ ਲਿਓ ਪਰ ਆ ਦੇਖੋ ਜਦੋਂ ਮੈਂ ਤੀਰ ਬਣਾਇਆ ਇੱਥੋਂ ਲੈ ਕੇ ਇੱਥੇ ਤੱਕ ਕੀ ਆ ਹਾਂਜੀ ਲੋ ਜੀ ਇਦਾਂ ਸਮਝ ਲਈ 180 ਡਿਗਰੀ ਪੂਰਾ ਕਿੰਨਾ ਆ 360 ਡਿਗਰੀ ਹਾਫ ਕਿੰਨਾ ਆ 180 ਡਿਗਰੀ which means ਮੈਂ ਇਦਾਂ ਖੜਾ ਹੁਣ ਮੈਂ ਪਿੱਛੇ ਨਹੀਂ ਮੁੜਨਾ ਜਿੰਨਾ ਮੈਂ ਘਿਰਿਆਂ ਪਿਆ ਮੈਂ ਕਿੰਨਾ ਸਟੈਂਡ ਲਿਆ 180 ਡਿਗਰੀ ਦਾ ਹੁਣ ਮੈਂ ਪਿੱਛੇ ਨਹੀਂ ਮੁੜ ਕੇ ਦੇਖਣਾ ਲੂਤ ਦੀ ਲੂਤੀ ਵਾਈਫ ਨੇ ਕੀ ਕੀਤਾ ਸੀ ਤੇ ਕੀ ਹੋਇਆ ਸੀ ਅੱਜ ਸਾਨੂੰ ਡਰ ਪਤਾ ਕਾ ਤੋਂ ਨਹੀਂ ਆ ਕਿਉਂਕਿ ਅਗਰ ਸਾਨੂੰ ਕੋਈ ਕਹੇ ਲੂਣ ਦਾ ਥੰਮ ਬਣ ਜਾਣਾ ਅਗਰ ਸਾਡੇ ਚੋਂ ਇੱਕ ਜਣਾ ਬਣ ਜਵੇ ਦੇਖਿਓ ਬਾਕੀਜੇ ਖੋਫ ਕਿਦਾਂ ਦਾ ਅੱਜ ਅਸੀਂ ਕਿਰਪਾ ਦੇ ਵਿੱਚ ਇੰਨੇ ਰਿਲੈਕਸਡ ਹੋ ਚੁੱਕੇ ਹਾਂ ਵੀ ਡੋਨਟ ਇਵਨ ਕੇਅਰ ਨਾਓ ਪਾਲਸ ਕਹਿੰਦਾ ਇਹ ਨਹੀਂ ਕਿ ਮੈਂ ਜ਼ਿਆਦਾ ਪਾਪ ਕਰਾਂ ਤੇ ਕਿਰਪਾ ਬੜੀ ਹੋਵੇ ਬਟ ਕਹਿੰਦਾ ਮੈਂ ਉਸ ਕਿਰਪਾ ਨੂੰ ਯੂਜ਼ ਕਰਾਂ ਤੇ ਪਾਪ ਦੇ ਵਿੱਚ ਨਾ ਜਾਵਾਂ ਕਿੰਨੇ ਨੇ ਸਮਝ ਰਿਹਾ ਇਸ ਗੱਲ ਨੂੰ ਸਮਝ ਆ ਰਹੀ ਮੈਂ ਕੀ ਕਰਨਾ ਆਪਣਾ ਸਟੈਂਡ ਲੈਣਾ ਜਦ ਮੇਰੇ ਫੀਲਿੰਗਸ ਕਹਿੰਨ ਓਕੇ ਓਕੇ ਕੋਈ ਨਹੀਂ ਯੂ نو ਗਾਲ ਕੱਢ ਦੇ ਨੋ 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 ਆਮ ਨੋ ਡੂਇੰਗ ਦਸ ਮੈਂ ਕੀ ਕਰ ਰਿਹਾ ਆਪਣਾ ਸਟੈਂਡ ਲੈ ਰਿਹਾ ਰਿਸਿਸ ਦ ਡੈਵਲ ਐਂਡ ਹੀ ਵਿਲ ਕਦੋਂ ਭਜੂਗਾ ਜਦੋਂ ਸਾਹਮਣਾ ਕਰੋਗੇ ਉਹ ਤੁਹਾਡੇ ਸਾਹਮਣੇ ਤੋਂ ਡਰਦਾ ਉਹਨਾਂ ਦਾ ਡਾਰਿਆ ਕਿ ਇਹ ਖੜ ਨਾ ਜਾਵੇ ਕਿਤੇ ਇਹਨੂੰ ਥੱਲੇ ਲਾਵਾਂ ਪਹਿਲਾਂ ਅਗਰ ਇਹਨੇ ਸਟੈਂਡ ਲੈ ਲਿਆ ਇਹਨੇ ਮੈਨੂੰ ਚੱਕ ਦੇਣਾ ਸਿਸਟਰ ਇੱਕ ਕੰਮ ਕਰਿਓ ਇੱਕ ਬੋਕੋਲੀ ਕੋਲੀ ਐਂਡ ਇੱਕ ਪਲੇਟ ਲੈ ਕੇ ਆਓ ਤੁਹਾਨੂੰ ਜੇ ਮੈਂ ਤੁਹਾਨੂੰ ਇੱਕ ਬੜੀ ਗਹਿਰੀ ਗੱਲ ਦੱਸਦਾ ਧਿਆਨ ਨਾਲ ਸੁਣਿਓ ਮੈਂ ਥੋੜਾ ਡੀਪ ਚੱਲਾਂ ਹੁਣ ਇੱਕ ਹੁੰਦਾ ਸੁਪੀਰੀਅਰ ਇੱਕ ਹੁੰਦਾ ਇਨਫੀਰੀਅਰ ਸੁਪੀਰੀਅਰ ਹੁੰਦਾ ਜਿਹੜਾ ਜਿਹੜਾ ਬੰਦਾ ਜ਼ਿਆਦਾ ਪ੍ਰਭਾਵਿਤ ਕਰ ਕਰ ਸਕੇ 다ਊਦ ਉਸ ਟਾਈਮ ਬੱਚਾ ਸੀ ਜਦ ਸਾਊਲ ਸ਼ਾਊਲ ਦੇ ਕੋਲ ਜਾਂਦਾ ਐਂਡ ਉਹਨੂੰ ਕੀ ਕਹਿੰਦਾ ਮੈਂ ਗੋਲੀਅੱਦ ਦਾ ਕੀ ਕਰੂੰਗਾ ਸਾਹਮਣਾ ਕਰੂੰਗਾ ਹੁਣ 다ਊਦ ਉਮਰ ਵਿੱਚ ਛੋਟਾ ਹੋਣ ਦੀ ਬਜਾਏ ਆਤਮਾ ਦੇ ਵਿੱਚ ਕੀ ਸੀ ਸੁਪੀਰੀਅਰ ਸੀ ਜ਼ਿਆਦਾ ਪ੍ਰਭਾਵਿਤ ਕਰਨ ਵਾਲਾ ਸੀ ਇੰਨਾ ਪ੍ਰਭਾਵਿਤ ਹੋ ਗਿਆ ਸ਼ੌਲ ਕਹਿੰਦਾ ਨਹੀਂ ਤੂੰ ਕੀ ਕਰਨ ਜਾਣਾ ਪਰ ਉਹ ਇੰਨੇ ਗੱਠਸ ਸੀਗੇ ਉਹਦੇ ਅੰਦਰ ਇੰਨਾ ਕੋ ਸੁਪੀਰੀਅਰ ਸੀਗਾ ਕਿ ਜਦੋਂ ਉਹਨੇ ਕਿਹਾ ਕਿ ਹਾਂ ਮੈਂ ਜਾਊਂਗਾ ਸ਼ੌਲ ਕਹਿੰਦਾ ਚੱਲ ਇਦਾਂ ਕਰ ਮੇਰੇ ਕੱਪੜੇ ਪਾ ਮੇਰੇ ਹਥਿਆਰ ਪਹਿਨ ਤੇ ਚੱਲ ਜਾ ਸੋ ਜਿਹੜਾ ਬੰਦਾ ਸੁਪੀਰੀਅਰ ਆ ਉਹਦਾ ਪ੍ਰਭਾਵ ਇਨਫੀਰੀਅਰ ਤੇ ਜ਼ਿਆਦਾ ਹੁੰਣਾ ਤੁਹਾਨੂੰ ਦੱਸਾਂ ਕਈ ਬੱਚੇ ਬੜੇ ਹੁਸ਼ਿਆਰ ਹੁੰਦੇ ਪਰ ਉਹਨਾਂ ਨੂੰ ਕਿਸੇ ਨੇ ਦੱਸਿਆ ਹੀ ਨਹੀਂ ਕਿ ਉਹ ਹੁਸ਼ਿਆਰ ਆ ਉਹਮ ਸਾਰੀ ਜ਼ਿੰਦਗੀ ਇਨਫੀਰੀਅਰੀ ਫੀਲ ਕਰਦੇ ਰਹ ਜਾਂਦੇ ਐਂਡ ਇਸ ਕਰਕੇ ਉਹ ਜਿਹੜੇ ਮੋਨੀਟਰ ਬਣੇ ਹੁੰਦੇ ਕਲਾਸ ਦੇ ਉਹਨਾਂ ਦੇ ਤਰਲੇ ਕੱਢਦੇ ਜਾ ਜਾ ਕੇ ਸਮਝਦੇ ਨਾ ਸਹੀ ਸਿਚੁਏਸ਼ਨ ਹੈ ਨਾ ਲਾਪਾਈ ਦੱਸਦੇ ਹੁੰਦੇ ਕਹਿੰਦੇ ਮੈਂ ਠੀਕ ਆਈ ਵਾਸ ਇੰਟੈਲੀਜੈਂਟ ਬਟ ਕਹਿੰਦੇ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਸੀਗਾ ਕਿ ਤੂੰ ਕਰ ਸਕਦਾ ਸਾਡੇ ਉਥੇ ਇੱਕ ਪਾਸਟਰ ਹੈ ਨੈਲਸਨ ਪੜਾਉਂਦੇ ਵੀ ਆ ਕਨਵੈਂਟ ਸਕੂਲ ਕਹਿੰਦੇ ਉਸੇ ਸਕੂਲ ਦੇ ਵਿੱਚ ਉਹਨਾਂ ਨੇ ਇੱਕ ਦਿਨ ਮੈਨੂੰ ਉਠਾਇਆ ਕਹਿੰਦਾ ਮੈਨੂੰ ਕਹਿੰਦੇ ਤੂੰ ਕਰ ਸਕਦਾ ਯੂ ਕੈਨ ਡੂ ਥਿਸ ਸਾਨੂੰ ਕਿਸੇ ਨੇ ਦੱਸਿਆ ਹੀ ਨੀਗਾ ਕਿ ਇਹ ਸ਼ੈਤਾਨ ਨੂੰ ਭਜਾ ਸਕਦੇ ਆ ਯੂ ਕੈਨ ਡੂ ਥਿਸ ਤੁਹਾਡੇ ਕੋਲ ਅਥਾਰਟੀ ਹੈਗੀ ਆ ਆਹ ਆਹ ਆਮ ਟੈਲਿੰਗ ਯੂ ਯੂ ਕੈਨ ਡੂ ਥਿਸ ਆਹ ਯੂ ਡਿਡਨ ਹਿਅਰ ਮੀ ਯੈਸ ਯੂ ਕੈਨ ਡੂ ਥਿਸ ਕਹਿੰਦੇ ਜਿੱਦਣ ਮੈਨੂੰ ਇਹ ਪਤਾ ਲੱਗਿਆ ਕਹਿੰਦੇ ਮੈਂ ਸਮਝਿਆ ਮੈਂ ਕਰ ਸਕਦਾ ਕਹਿੰਦੇ ਮੁੜ ਕੇ ਮੈਂ ਸਾਰੇ ਜਿੱਥੇ ਮਾੜਾ-ਵੋਟਾ ਅੱਗੇ ਪਿੱਛੇ ਸੀਗਾ ਮੈਂ ਫੇਰ ਗਾਂ ਜਾਣ ਲੱਪਿਆ ਸੋ ਜਿਹੜਾ ਬੰਦਾ ਸੁਪੀਰੀਅਰ ਆ ਜਿਹੜਾ ਬੰਦਾ ਆਤਮਾ ਦੇ ਵਿੱਚ ਸਟਰੋਂਗ ਆ ਉਹਦਾ ਦੂਜੇ ਬੰਦੇ ਤੇ ਜ਼ਿਆਦਾ ਪ੍ਰਭਾਵ ਪੈਣਾ ਹੀ ਪੈਣਾ ਕਿੰਨੇ ਨੇ ਸਮਝ ਰਹੇ ਇੱਥੇ ਰੱਖ ਦਿਓ ਇੱਥੇ ਰੱਖ ਦਿਓ ਬਹਿ ਜਾਓ ਹੁਣ ਸਮਝ ਰਹੇ ਕੇ ਦਾ ਪ੍ਰਭਾਵ ਪੈਣਾ ਜਿਹੜਾ ਸੁਪੀਰੀਅਰ ਆ ਜਿਹੜਾ ਸਪਿਰਿਟ ਦੇ ਵਿੱਚ ਵੱਡਾ ਜਿਹੜਾ ਸਟਰੋਂਗ ਆ ਤੁਸੀਂ ਪ੍ਰੇਅਰ ਰੂਮ ਦੇ ਵਿੱਚ ਜਾਣੇ ਤੁਸੀਂ ਬਾਹਰ ਆਨੇ ਹੁਣ ਤੁਸੀਂ ਕਹਿੰਨੇ ਓਕੇ ਫੋਨ ਆਉਂਦਿਆ ਸੀ ਉਹਦਾ ਪ੍ਰੇਅਰ ਕਰਵਾਣੀ ਹਾਂ ਹੁਣ ਮੈਂ ਫਿਰ ਆਮ ਜਸ ਫੀਲਿੰਗ ਲਾਈਕ ਲੈਟ ਮੀ ਪ੍ਰੇਅਰ ਨਾਊ ਹੁਣ ਮੈਨੂੰ ਫੀਲ ਹੁੰਦਾ ਹੁਣ ਮੈਂ ਪ੍ਰੇਅਰ ਕਰਾਂ ਥੈਂਕ ਯੂ ਇੱਕ ਬੰਦਾ ਜਿਹੜਾ ਬੰਦਾ ਸੁਪੀਰੀਅਰ ਆ ਜਿਹੜਾ ਬੰਦਾ ਤੁਹਾਡੀ ਪਲੇਟ ਉੱਠੀ ਕਰ ਦਿੰਨੇ ਹੁਣ ਟੇਕੇ ਜਿਹੜਾ ਬੰਦਾ ਸਪਿਰਿਟ ਦੇ ਵਿੱਚ ਸਟਰੋਂਗ ਆ ਪ੍ਰੇਰ ਕਰਕੇ ਆਇਆ ਖੜਿਆ ਆਇਆ ਉਹ ਓਟਾ ਕੇ ਹੋਏ ਭਾਂਡੇ ਵਰਗਾ ਹੂੰ ਉਹ ਮੈਂ ਬਾਹਰੋਂ ਮੈਂ ਕੋ ਸੁਟਿਆ ਉਹਦੇ ਵਿੱਚ ਉੱਚ ਨਹੀਂ ਪਿਆ ਵਾਈ ਬਿਕੋਜ਼ ਉਹ ਖੀਆ ਭਰਿਆ ਹੋਇਆ ਅੰਦਰੋਂ ਵਚਨ ਦੇ ਵਿੱਚ ਲਿਖਿਆ ਕਹਿੰਦਾ ਕਿ ਪਰਮੇਸ਼ੀ ਯਿਸੂ ਮਸੀਹ ਦੇ ਚੇਲੇ ਹੀ 디ਸਾਈਪਲ ਕਹਿੰਦਾ ਦੇ ਵਰ ਫਿਲਡ ਵਿਦ ਸਪਿਰਿਟ ਜੀਜ਼ਸ ਕ੍ਰਾਈਸ ਵਾਸ ਸੋ ਫੁੱਲ ਆਫ ਹੋਲੀ ਗੋਸਟ ਕਹਿੰਦੇ ਹਲੇ ਦੂਰ ਹੀ ਸੀਗਾ ਅਸ਼ਤਾਨ ਚੀਕਾਂ ਮਾਰਨੀ ਸ਼ਾਰਟ ਕਰਤੀਆਂ ਕਿ ਨੋ 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 ਤੂੰ ਮੈਨੂੰ ਕੱਢਣ ਆ ਗਿਆ ਨੋ ਡੋਨਟ ਡੂ ਥਿਸ ਐਂਡ ਬਾਕੀਆ ਲੋਕਾਂ ਦੇ ਕੋਲੋਂ ਡਰਦਾ ਨਹੀਂ ਸੋ ਉਹਨਾਂ ਨੂੰ ਝੰਬ ਕੇ ਭੇਜਦਾ ਏ ਇੱਕ ਬੰਦਾ ਵਿਦ 1000ਸ ਆਫ ਸਪਿਰਿਟ ਸਮਝ ਰਹੇ ਹੁਣ ਅਗਰ ਤੁਸੀਂ ਪ੍ਰੇਅਰ ਕਰ ਰਹੇ ਆ ਠੀਕ ਹੈ ਬਿਨਾ ਮਤਲਬ ਤੋਂ ਅੱਜ ਮਤਲਬ ਆਪਰੇ ਉਹ ਜੀ ਅੱਜ ਰਾਸ਼ਨ ਰਿਸਟ ਲੱਗ ਗਿਆ ਹਮ ਰਾਸ਼ਨ ਖਤਮ ਹੋ ਗਿਆ ਨੋ you just go and pray every day ਤੁਸੀਂ ਉਸ ਭਾਂਡੇ ਵਰਗੇ ਆ ਨਾ ਟਕਿਆ ਕੁਝ ਨਹੀਂ ਪੈਣਾ ਉਹਦੇ ਵਿੱਚ ਪਰ ਜਦੋਂ ਤੁਸੀਂ ਉਹਦਾਂ ਦੇ ਨਹੀਂ ਆ ਬਾਹਰੋਂ ਕਹੇ ਨੇ ਕੁਝ ਛੁੱਟਿਆ ਪੈ ਗਿਆ ਵਿੱਚ ਹੂੰ ਕਹੇ ਨੇ ਕੁਝ ਗੱਲ ਕਹੀ ਚਲ ਗਈ ਵਿੱਚ ਐਡੋ ਉਸ ਗੱਲ ਨੇ ਅਸਰ ਜ਼ਰੂਰ ਕਰਨਾ ਫਿਰ ਸਮਝ ਰਹੇ ਇਸ ਕਰਕੇ ਪਰਮੇਸ਼ਰ ਤੁਹਾਡੀ ਅਥਾਰਟੀ ਤੁਹਾਨੂੰ ਸਿਖਾਂਦਾ ਤੁਹਾਨੂੰ ਇਹ ਦੱਸਦਾ ਕਿ ਤੂੰ ਸਟੈਂਡ ਲੈ ਆਪਣਾ ਤੇ ਉਹ ਤੇਰੇ ਤੋਂ ਭੱਜੂਗਾ ਜਦੋਂ ਘਰ ਜ ਲੜਾਈ ਹੋਵੇ ਉਹਨੂੰ ਕੋਈ ਰੂਮ ਚ ਵੜ ਜਾ ਉਹਨੂੰ ਕੋਈ ਹਾਂ 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 ਪਤਾ ਲੱਗ ਗਿਆ ਮੈਨੂੰ ਜਾਜ ਖੜਾ ਕਰਤਾ ਮੈਂ ਬਾਹਰ ਏ ਸੀਟ ਬੈਲਟ ਬਾਧ ਲਓ ਜਦੋਂ ਜਾਜ ਉਹਦਾ ਮੁੜ ਕੇ ਨਹੀਂ ਮਕਰ ਕੇ ਦੇਖ ਮੁੜ ਕੇ ਦੇਖਣਾ ਸਮਝ ਰਹੇ ਪਰਮੇਸ਼ਰ ਤੁਹਾਨੂੰ ਅਜੇ ਦੱਸਣਾ ਜਾਂਦਾ ਮਾਈ ਸਨ ਮਾਈ ਡਾਟਰ ਆਪਣਾ ਸਟੈਂਡ ਲੈ ਉਹ ਮੈਂਗਾ ਅੱਗ ਲਾ ਦੂੰਗਾ ਤੂੰ ਅੱਗ ਪਟਾਕੇ ਪਾ ਦੇਵੇਂ ਤੁਸੀਂ ਐਡਾ ਵੱਡਾ ਸਾਨ ਖੜਾ ਗੋਲੀਅਥ ਹੂੰ 100 ਡਾਲ ਕਹਿੰਦੇ ਗੋਲੀਅਥ ਨੇ ਇੱਕ ਇੱਕ ਉਹ ਕੀਤਾ ਸੀ ਉਹਨਾਂ ਨੂੰ ਚੈਲੰਜ ਕੀਤਾ ਸੀ ਅਗਰ ਤੇ ਮੈਂ ਤੁਹਾਡੇ ਬੰਦੇ ਨੂੰ ਮਾਰਤਾ ਜਿੰਨੇ ਤੁਹਾਡੇ ਲੋਗ ਆ ਸਾਰੇ ਫਿਰ ਕੀ ਹੋਊਗੇ ਸਾਡੇ ਅੰਦਰ ਅਗਰ ਤੂੰ ਹੀ ਮੈਨੂੰ ਮਾਰਦਾ ਫਿਰ ਜਿੰਨੇ ਸਾਡੇ ਬੰਦੇ ਸਾਰੇ ਤੁਹਾਡੇ ਅੰਡਰ ਆਉਗੇ ਦਾਊਦ ਸਪੀਰੀਟ ਦੇ ਵਿੱਚ ਸੁਪੀਰੀਅਰ ਸੀਗਾ ਉਹ ਆਪਣਾ ਸਟੈਂਡ ਲੈ ਗਿਆ ਕਹਿੰਦਾ ਤੁਰਿਆ ਜਾਂਦਾ ਕਹਿੰਦਾ ਉਹਨੇ ਕੀ ਕੀਤਾ ਦੋਗ ਪੱਥਰ ਇਕੱਠੇ ਕਰਲੇ ਨਾਲ ਚੱਕੀ ਉਹਨੇ ਗਲੇਲ ਹੂੰ ਛੇਲੇ ਛੜਿਆ ਫਿਰ ਉਹਨੇ ਉਹਨੂੰ ਸਮਝਦੇ ਮੈਂ ਤੁਹਾਨੂੰ ਫੋਟੋ ਦਿਖਾਉਣਾ ਹੋਵੇ ਇਫ ਆਈ ਕੈਨ ਫਾਈਂਡ ਇਟ ਤੁਹਾਨੂੰ ਪਤਾ ਨਹੀਂ ਤੁਸੀਂ ਕਿੱਡੀ ਵੱਡੀ ਆ ਗਿਆਂ ਤੁਸੀਂ ਕਿੱਦਾਂ ਦੀ ਕਿੱਦਾਂ ਦੀ ਸਾਮਰ ਤੁਹਾਡੇ ਕੋਲ ਆ ਸਮਝ ਰਹੇ ਆ ਆ ਦੇਖਿਓ ਆ ਕੀ ਆ ਨਾਲ ਕੀ ਆ ਉੱਥੇ ਗੱਲ ਕੀ ਲਿਖੀ ਆ ਵੈਨ ਜਾਇੰਟਸ ਕਮ ਆਈ ਐਮ ਅ ਜਾਇੰਟ ਇਨ ਦ ਸਪੀਰਟ ਮਾਈ ਬ੍ਰਦਰਸ ਐਂਡ ਸਿਸਟਰਸ ਜਦੋਂ ਜਾਇੰਟਸ ਆਂਦੇ ਆ ਦੌੜਨ ਲੱਗ ਜਾਂਦੀਆਂ ਸ਼ੈਤਾਨ ਦੀਆਂ ਫਿਰ ਸਮਝ ਰਹੇ ਸੋ ਪ੍ਰੇਰ ਕੀਆ ਰਿਲੀਜੀਅਸ ਐਕਟੀਵਿਟੀ ਨਹੀਂ ਆ ਬੋਲੋ ਆਪਣੇ ਪੜੋਸੀ ਨੂੰ ਪ੍ਰੇਰ ਕੋਈ ਧਾਰਮਿਕ ਚੀਜ਼ ਨਹੀਂ ਆ ਪ੍ਰਾਰਥਨਾ ਪਰਮੇਸ਼ਰ ਦੇ ਨਾਲ ਸਟਰੋਂਗ ਹੋਣ ਦੇ ਲਈ ਉਹਦੀ ਸੁਣਨ ਦੇ ਲਈ ਉਹਨੂੰ ਸੁਣਾਉਣ ਦੇ ਲਈ ਲਈਆ ਆਮੀਨ ਫੇ ਜੋ ਤੂੰ ਬਾਹਰ ਤੁਰੇ ਜਾਂਦੇ ਤਾਨੂੰ ਕੋਈ ਕੋਈ ਤੋੜਨ ਦੀ ਕੁਛ ਕਰਨ ਦੀ ਕੋਸ਼ਿਸ਼ ਕਰੇ ਤੂੰ ਇਫੈਕਟ ਨਹੀਂ ਹੋਵੇਂਗਾ ਕਿਉਂ ਕਿ ਤੂੰ ਖੁਦ ਆਣਾ ਬੈਠੇ ਹੀਂ ਐਨ ਖੁਦਾਨੇ ਦਾ ਨੂੰ ਪਹਿਲੇ ਅਲਰਟ ਕਰਤਾ ਅੱਜ ਕਬਰਾਈ ਨਾ ਅੱਜ ਆ ਨਾ ਕਰੀ ਹੁਣ ਤਾਨੂੰ ਫਿਰ ਯਾਦ ਆਣਾ ਪਰਮਿਸ਼ਨੇ ਕਿਹਾ ਹੀ ਨਾ ਅੱਜ ਨਾ ਨੋ ਸਮਝਦੇ ਬੋਲੋ ਆਈ ਐਮ ਸੁਪੀਰੀਅਰ ਮੈਂ ਪ੍ਰਭਾਵਿਤ ਹੋਊਗਾ ਨਹੀਂ ਪਰ ਮੈਂ ਪ੍ਰਭਾਵਿਤ ਕਰੂੰਗਾ ਇਨ ધ ਨੇਮ ਆਫ ਜੀਜ਼ਸ ਅਮੀਨ ਗਿਵਿੰਗ ਪ੍ਰੇਸ ਸਬਾਡੀ ਇਸ ਗ੍ਰੇਚੇਰੇ ਸਾਰਿਆਂ ਦੇ ਹੁਣ ਹੂੰ ਆਪਣੇ ਅੱਥਾਂ ਨੂੰ ਠੋਕ ਬੋਲੋ ਪਰਮੇਸ਼ਰ ਮੈਂ ਆਪਣਾ ਸਟੈਂਡ ਲੈਣਾ ਮੈਂ ਕਿਸੇ ਚੀਜ਼ ਤੋਂ ਨਾ ਦੁੱਖ ਤੋਂ ਨਾ ਬਿਮਾਰੀ ਤੋਂ ਨਾ ਦੁਸ਼ਟਾਤਮਾ ਤੋਂ ਨਾ ਆਪਣੀ ਔਖੀਆਂ ਸਿਚੁਏਸ਼ਨ ਤੋਂ ਮੈਂ ਕਿਸੇ ਚੀਜ਼ ਤੋਂ ਨਹੀਂ ਘਬਰਾਉਂਦਾ ਬੋਲੋ ਪਰਮੇਸ਼ਰ ਅੱਜ ਮੈਂ ਆਪਣਾ ਸਟੈਂਡ ਲੈਣਾ ਮੈਂ ਸਟੈਂਡ ਲੈਣਾ ਮੈਂ ਖੜੂਗਾ ਅੱਜ ਮੈਂ ਆਪਣਾ ਸਟੈਂਡ ਲੈਣਾ ਮੈਂ ਖੜੂਗਾ ਡਰੂਗਾ ਨਹੀਂ ਇਨ ਜੀਜ਼ਸ ਨੇਮ ਆਮਨ ਗਿਵਿੰਗ ਪ੍ਰੇਸ ਆਨਬਡੀ ਜੋ ਨਾ ਕਰੇ ਤਾਰੀਫ ਖੁਦਾਵੰਦੀ ਤੁਹਾਨੂੰ ਨਾ ਸ਼ਤਾਨ ਬਾਰ ਬਾਰ ਇਹ ਆਣ ਕੇ ਦੱਸ ਕੇ ਤੁਹਾਨੂੰ ਛੋਟਾ ਮਹਿਸੂਸ ਕਰਵਾਉਂਦਾ ਉਹ ਤੂੰ ਕਾਹੇ ਜੋਗਾਣੀ ਤੁਹਾਨੂੰ ਦੱਸਾਂ ਯੂ ਆਰ ਬlesਟ ਬlesd ਦਾ ਮਤਲਬ ਸਮਝੇ ਅਬਰਾਹਮ ਕੀ ਸੀਗਾ ਬlesed ਸੀ ਨੇਸ਼ਨਸ ਦਾ ਕੀ ਬਣਿਆ ਫਾਦਰ ਤੁਸੀਂ ਉਹਦੀ ਅੰਸ਼ਾਂ ਕਿੰਨੇ ਨੇ ਸਮਝ ਰਹੇ ਯੂ ਆਰ ਬlesed ਬੋਲੋ ਆਈ ਐਮ ਬlesed ਪਰਮੇਸ਼ਰ ਦੀ ਗੁੱਡਨੈਸ ਯੂ نو ਅਦਰ ਡੇ ਆ ਵਾਸ ਸਿਟਿੰਗ ਡਾਊਨ ਮੈਂ ਵੀਡੀਓ ਪਾ ਰਿਹਾ ਸੀਗਾ ਤੇ ਮੈਂ ਸੋਚ ਰਿਹਾ ਪਰਮੇਸ਼ਰ ਦੀ ਗੁੱਡਨੈਸ ਬਾਰੇ ਐਂਡ ਮੈਂ ਕਹਾਂ ਪਰਮੇਸ਼ਰ ਮੈਂ ਕੱਲ ਕੋਈ ਚੰਗਾ ਕੰਮ ਕੀਤਾ ਹੈ ਨਾ ਤਾਂ ਕਰਕੇ ਚੰਗਾ ਉਹ ਕਹਿੰਦਾ ਨੋ 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 ਕਹਿੰਦਾ ਕੱਲੂ ਅਗਰ ਤੂੰ ਕੋਈ ਮਾੜਾ ਕੰਮ ਕਰਨਾ ਹੈ ਨਾ ਇਮੇਜਿਨ ਕਰੋ ਤੀ ਕੱਲੂ ਆਉਣ ਵਾਲੇ ਕੱਲ 'ਚ ਤੁਸੀਂ ਕੁਛ ਇਦਾਂ ਦਾ ਕਰਨਾ ਜਿਹੜਾ ਪਰਮੇਸ਼ਰ ਦੇ ਲਈ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਾ ਉਹਨੂੰ ਪਸੰਦ ਨਹੀਂ ਆਣਾ ਪਰ ਉਹ ਕੱਲੂ ਹੂ ਕਰਨਾ ਤੁਸੀਂ ਉਹਨੂੰ ਪਤਾ ਤੁਸੀਂ ਕੱਲੂ ਕੀ ਕਰਨਾ ਪਰ ਅੱਜ ਤਾਂ ਉਹ ਤਾਂ ਵੀ ਬles ਕਰ ਰਿਹਾ ਇਹ ਜਾਣਦਿਆਂ ਹੁੰਦਿਆਂ ਸੁਣਦਿਆਂ ਕਿ ਤੁਸੀਂ ਕੱਲੂ ਕੀ ਕਰਨ ਵਾਲਿਆ ਕਰਤੂਤ ਹਾਂ ਵਾਈ ਬਿਕੋਜ਼ ਹੀ ਇਜ਼ ਗੁੱਡ ਕਿੰਨੇ ਨੇ ਸਮਝ ਰਿਆ ਇੰਦਾ ਬੜੇ ਖੇਡ ਖੇਡ ਕਰਦੇ ਆ ਪਰਮੇਸ਼ਰ ਭਲਾ ਹੈ ਆਮੀਨ ਬੋਲੋ ਮੈਂ ਅੱਜ ਤੋਂ ਸਟੈਂਡ ਲੈਣਾ ਮੈਂ ਡਰੂੰਗਾ ਨਹੀਂ ਮੈਂ ਕਬਰਾਉਂਗਾ ਨਹੀਂ ਅਗਰ ਰਾਤ ਦੇ 2 ਵਜੇ ਉਹਨੇ ਮੈਨੂੰ ਕਿਹਾ ਬਾਹਰ ਬਾਲਕਨੀ ਚ ਬੈ ਕੇ ਪ੍ਰੇਰ ਕਰ ਮੈਂ ਬੈਠੂਗਾ ਆਮਨ ਤੂੰ ਕਹਤਾ ਹੁਣ ਇਹ ਤੁਹਾਡੇ ਤੇ ਖੁਦਾ ਆ ਜਾ ਹੁਣ ਆ ਜਾ ਫਰੀ ਪਰਮੇਸ਼ਰ ਦੀ ਆਵਾਜ਼ ਆ ਨਹੀਂ ਜੀਕੇ ਨੂੰ ਜੀਕੇ ਨੂੰ ਕਹਿੰਦਾ ਪਰਮੇਸ਼ਰ ਨੇ ਕਿਹਾ ਕਿ ਇਹਨਾਂ ਨੂੰ ਜਾ ਕੇ ਵਚਨ ਦਈ ਇਹਨਾਂ ਨੂੰ ਦੱਸੀ ਅਗਰ ਤੂੰ ਨਹੀਂ ਦੱਸਿਆ ਜਿਹੜੀ ਸਜ਼ਾ ਉਹਨਾਂ ਤੇ ਆਣੀ ਆ ਉਹਦੇ ਕਰਕੇ ਅਗਰ ਉਹ ਮਰ ਗਏ ਉਹਦੇ ਖੂਨ ਦਾ ਜੁਮਾ ਮੈਂ ਤੇਤੋਂ ਲੈਣਾ ਐਵਰੀਬਾਡੀ ਐਵਰੀ ਪਰਸਨ ਸਿਟਿੰਗ ਹੇਅਰ ਹਰ ਇੱਕ ਬੰਦੇ ਦੇ ਉੱਤੇ ਜ਼ਿੰਮੇਵਾਰੀ ਆ ਬ੍ਰਦਰ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ this morning i was sitting in prayer ਐਂਡ ਮੈਂ ਤੁਹਾਨੂੰ ਇਹ ਕਹਿ ਰਿਹਾ ਮੈਨੂੰ ਨਹੀਂ ਪਤਾ ਤੈਨੂੰ ਆਜਾਣਾ ਕਿ ਨਹੀਂ ਬਿਕੋਜ਼ ਯੂਸੂਅਲੀ ਵਿੱਚ ਵਿੱਚ ਤੂੰ ਛੁੱਟੀ ਕਰ ਲੈਣੀ ਹੈ ਨਾ ਬਿਕੋਜ਼ ਆਫ ਯੂਰ ਵਰਕ ਹੈ ਨਾ ਆਈ ਅੰਡਰਸਟੈਂਡ ਅੱਜ ਮੈਂ ਸਪਿਰਿਟ ਦੇਖਿਆ ਕਿ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਬ੍ਰਦਰ ਅਗਰ ਕੁਝ ਕਰਨਾ ਚਾਹੁੰਦੇ ਆ ਹਮ ਆਪਣੇ ਕੋ ਸੋਸ਼ਲ ਮੀਡੀਆ ਪੋਸਟ ਅ ਵੀਡੀਓ ਸ਼ੇਅਰ ਸਮਥਿੰਗ ਗੁੱਡ ਜਿਹਦੇ ਨਾਲ ਕੋਈ ਪ੍ਰਭਾਵਿਤ ਹੋਵੇ ਕੋਈ ਬlesed ਹੋਵੇ ਫਿਰ ਤੁਹਾਨੂੰ ਇਨਕਰੇਜਮੈਂਟ ਮਿਲਣੀ ਹੌਸਲਾ ਵਾਓ ਕਿਸੇ ਨੇ ਕਹਣਾ ਵੈਰੀ ਗੁੱਡ ਬ੍ਰਦਰ ਨਾ ਪਾਜ ਬਹੁਤ ਡਾਊਨ ਫੀਲ ਕਰ ਰਿਆ ਸੀ ਪਰ ਤੁਹਾਡੀ ਵੀਡੀਓ ਸਾਹਮਣੇ ਆਈ ਅੱਜ ਮੈਂ ਅੱਪ ਫੀਲ ਕਰ ਰਿਹਾ ਹੁਣ ਯੂ ਅੰਡਰਸਟੈਂਡ ਮੈਂ ਕੁਝ ਦੱਸ ਗਿਆ ਤੁਹਾਨੂੰ ਛੋਟੀ ਜਿਹੀ ਗੱਲ ਦੇ ਵਿੱਚ ਤੁਸੀਂ ਕੀ ਆ ਬlesed ਬੋਲੋ ਆਮ ਬlesed ਬਿਯੋਂਡ ਮੈਜ਼ਰ ਬੋਲੋ ਆਈ ਐਮ ਆਈ ਐਮ ਵਾਟ ਹallelujah ਤੁਸੀਂ ਬlesed ਜਨਰੇਸ਼ਨ ਆ ਆਮਨ ਖੋਲੋ ਮੇਰਾ ਨਾ ਇੱਕ ਹੋਰ ਵਚਨ ਬੁੱਕ ਆਫ ਸਾਮ ਜ਼ਬੂਰਾ ਦੀ ਪੋਥੀ ਉਹਦਾ 127 ਚੈਪਟਰ ਉਹਦੀ 2 ਨੰਬਰ ਆਇਤ ਅਗਰ ਕਿਸੇ ਕੋ ਖੋਲ ਗਿਆ ਪਹਿਲਾਂ ਹਾਂਜੀ ਪੜ੍ਹ ਦਿਓ 2 ਨੰਬਰ ਆਇਤ ਹੂੰ ਕਈ ਲੋਕਾਂ ਨੂੰ ਨੀਂਦ ਨਹੀਂ ਆ ਰਹੀ ਕੈਨ ਸਲੀਪ ਇੰਨੇ ਕਿ ਸ਼ੈਤਾਨ ਨੇ ਮਰੋੜੇ ਹੋਇਆ ਯੂ ਕੈਨਟ ਇਵਨ ਸਲੀਪ ਕਿਉਂ ਨੰ ਕਈ ਕਈ ਰੀਜ਼ਨ ਹੈ ਡਿਪਰੈਸ਼ਨ ਓਵਰ ਥਿੰਕਿੰਗ ਦਾ ਨੋ ਦਸਾਂ ਤੂੰ ਹੀ ਕਦੋਂ ਸੋਣੇ ਜਦੋਂ ਤੁਹਾਡਾ ਦਿਮਾਗ ਸੋਚਣੋਂ ਬੰਦ ਕਰਦਾ ਯਾ ਤਾਂ ਇਹ ਬਿਜ਼ਨਸ ਲੋਗ ਜਿਹੜੇ ਬਿਜ਼ਨਸ ਮਾਈਂਡਡ ਲੋਗ ਆ ਉਹਨਾਂ ਨੂੰ ਨੀਂਦ ਘਾਟਾਂ ਦੀ ਕਿਉਂਕਿ ਦਿਮਾਗ ਚੱਲੀ ਜਾ ਰਿਹਾ ਇਟਸ ਨਾਟ ਸਟਾਪਿੰਗ ਹੈ ਓਕੇ ਐਥੇ ਲਿਖਿਆ ਤੁਹਾਡਾ ਸਵੇਰ ਦਾ ਉੱਠਣਾ ਤੇ ਦੇਰ ਤੱਕ ਬੈਠੇ ਰਹਿਣਾ ਤੇ ਦੁੱਖਾਂ ਦੀ ਰੋਟੀ ਖਾਣਾ ਵਿਅਰਥ ਹੈ ਭਾਰ ਉਹ ਤਾਂ ਆਪਣੇ ਪਿਆਰਿਆਂ ਨੂੰ ਨੀਂਦ ਵਿੱਚ ਹੀ ਦੇ ਦਿੰਦਾ ਹੈ ਕਹਿੰਦਾ ਬਟ ਸੋ ਹੀ ਗਿਵਸ ਹਿਸ ਬਲਵਡ ਸਲੀਪ ਉਹ ਕਿਹਨੂੰ ਨੀਂਦ ਦਿੰਦਾ ਬਲਵਡ ਨੂੰ ਆਰ ਯੂ ਬਲਵਡ ਇਹ ਹੀ ਤਾਂ ਪਤਾ ਹੀ ਨਹੀਂ ਸਾਨੂੰ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਕਿ ਮੈਂ ਉਹਦਾ ਕੌਣ ਆ ਬਲਵਡ ਉਹਦਾ ਪਿਆਰਾ ਆ ਸੁਣੋ ਦੇਖੋ ਪਰਮੇਸ਼ਰ ਉਹਦਾ ਨਹੀਂ ਪੈਰ ਕਰਦਾ ਇਹਦਾ ਕਹਿੰਦਾ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਪਤਾ ਕੀ ਕਹਿੰਦਾ ਆਈ ਲਵ ਯੂ ਆਈ ਲਵ ਯੂ ਆਈ ਲਵ ਯੂ ਆਈ ਲਵ ਯੂ ਪਰਸਨਲੀ ਸਪੈਸੀਫਿਕਲੀ ਉਹ ਤੁਹਾਨੂੰ ਕਹਿੰਦਾ ਮੈਂ ਤੈਨੂੰ ਯਾ ਕਿਉਂਕਿ ਜਦ ਤੱਕ ਕਹਿ ਦਈਏ ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਫੇਰ ਕਹਿੰਦਾ ਚਲੋ ਠੀਕ ਹੈ ਦੋ ਤਿੰਨ ਬੰਦੇ ਯਾਦ ਵੀ ਨਹੀਂ ਹੁੰਨੇ ਵਿੱਚ ਸਮਝ ਰਹੇ ਉਹਨੇ ਕੁਦਰਤ ਬਣਾਈ ਕਾਇਨਾਤ ਬਣਾਈ ਜਸ ਫॉर ਯੂ ਬਹੁਤ ਦੰਦਾਸ ਰਹਿਣਾ ਕਹਿੰਦਾ ਉਹਨੇ 5 ਦਿਨ 4 ਦਿਨ ਪਹਿਲਾਂ ਸਾਰੀ ਕੁਦਰਤ ਬਣਾਈ ਫੇਰ ਜਾ ਕੇ ਉਹਨੇ ਤੁਹਾਨੂੰ ਬਣਾਇਆ ਮਤਲਬ ਉਹਨੇ ਕਿਹਾ ਕਿ ਪਹਿਲਾਂ ਮੈਂ ਸਾਰਾ ਕੁਝ ਸੈਟ ਅਪ ਕਰਦਾ ਹੁਣ ਮੈਨੂੰ ਬਣਾਵਾ ਤਾਂ ਕਿ ਜਦ ਆਵੇ ਬੈਠ ਕੇ ਖਾਵੇ ਫਿਰ ਉਹ ਤੁਸੀਂ ਬੈਠ ਕੇ ਖਾਣ ਲਈ ਬਣਿਆ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਬਹਿ ਕੇ ਖਾਣ ਪੀਣ ਆਨੰਦ ਦੇ ਨਾਲ ਉਹ ਕਿਨੂੰ ਨੀਂਦ ਦਿੰਦਾ ਬਿਲਵਰਡ ਨੂੰ ਆਪਣੇ ਪਿਆਰੇ ਨੂੰ ਅੱਜ ਆਪਣੇ ਸਿਰ ਤੇ ਹੱਥ ਰੱਖੋ ਬੋਲੋ ਮੈਂ ਉਹਦਾ ਪਿਆਰਾ ਹਾਂ ਆਪਣੇ ਖੰਬੰਦ ਕਰਕੇ ਬੋਲੋ ਗੱਲ ਮੈਂ ਪਰਮੇਸ਼ਰ ਦਾ ਬਿਲਵਡ ਹਾਂ ਪਿਆਰਾ ਹਾਂ ਮੈਂ ਉਹਦਾ ਸਭ ਤੋਂ ਪਿਆਰਾ ਹਾਂ ਉਹ ਸਭ ਨੂੰ ਜ਼ਿਆਦਾ ਮੈਨੂੰ ਪਿਆਰ ਕਰਦਾ ਹੈ ਆਮੀਨ ਤੁਸੀਂ ਕੀ ਹਾਂ ਪਿਆਰੇ ਬਿਲਵਡ ਕਿੰਨੂੰ ਨੀਂਦ ਦਿੰਦਾ ਆਪਣੇ ਜਦ ਤੁਹਾਨੂੰ ਰਾਤ ਨੂੰ ਨੀਂਦ ਨਾ ਆਵੇ ਜੁੱਤੀ ਚੁੱਕ ਲਿਓ ਆਈ ਐਮ ਦਾ ਬਿਲਵਡ ਆਫ ਗੋਡ ਆਨ ਦਾ ਸਨ ਜੈਨੂਏ ਟੈਕਨੀਕ ਆ ਜਾਵੇ ਇੱਕ ਇੱਕ ਦਿਨ ਮੈਨੂੰ ਯਾਦ ਆ ਇੰਡੀਆ ਸਿਕਾ ਮੈਂ ਅਸੀਂ ਮੀਟਿੰਗ ਕਰਦੇ ਸੀ ਉੱਥੇ ਇੱਕ ਸਿਸਟਰ ਸੀਗੇ ਕੁਆਇਰ ਦੇ ਵਿੱਚ ਹਨਾ ਨਾਲ ਕਹਿੰਦੇ ਮੈਂ ਫਾਸਟਿੰਗ ਕਰਦੀ ਐਂ ਐਂ ਮੈਂ ਆਪਣੀ ਭੁੱਖ ਨੂੰ ਬੰਦ ਦਿੰਨੀ ਮੈਨੂੰ ਭੁੱਖ ਹੀ ਨਹੀਂ ਲੱਗਦੀ ਕਹਿੰਦੀ ਮੈਂ ਕਰਨੀ ਭੁੱਖ ਅੱਜ ਮੈਂ ਤੁਹਾਨੂੰ ਬੰਦ ਨਹੀਂ ਮੈਨੂੰ ਭੁੱਖ ਲੱਗਣੀ ਇਹ ਅਪਲਾਈ ਇਹ ਇਹ ਕਰਨਾ ਲੱਪਿਓ ਤੁਸੀਂ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਾ ਕਹਿੰਦੇ ਮੈਂ ਭੁੱਖ ਬੰਨ ਲਈ ਹੁਣ ਫਾਸਟਿੰਗ ਵੀ ਖੋਲ ਲਈ ਭੁੱਖ ਨਹੀਂ ਤਾਂ ਵੀ ਨਹੀਂ ਆਏ ਉਹ ਕਹਿੰਦੀ ਬਾਏ ਬਾਏ i'm going now samjhe tuhadi zubaan cheezan nu kama sakdi hila sakdi agar apne mann ko mann sounga ajdun hm main billawad ha mainu mithi neend augi eh cheezan tanu karniyan pehniyan eh nahi ki tuhi aaye sune te chal gaye trust me kareo ennu jaake aidan di mithi neend augi tu sware uthna ਮੈਂ ਤਾਂ ਨਹੀਂ ਕਹਿਣਾ ਕਿ ਤੁਹਾਡਾ ਰਜਾਈ ਛੱਡ ਨੂੰ ਦਿਲ ਨਹੀਂ ਕਰੂਗਾ ਛੱਡਣੀ ਤੁਹਾਨੂੰ ਪਹਿਣੀਆਂ ਸ਼ਿਫਟਾਂ ਲਾਣੀਆਂ ਪਹਿਣੀਆਂ ਪਹਿਹ ਕਥੋਂ ਆਣੇ ਵੇ ਸ਼ਿਫਟਾਣੀ ਉਹ ਤੂੰ ਹੀ ਬਿਜ਼ਨਸਮੈਨ ਬਿਜ਼ਨਸ ਵੂਮਨ ਓਨਲੀ ਬੜੇ ਹੋਇਆ ਆ ਆਰ ਯੂ ਡਿਡਨਟ ਹੀਅਰ ਮੀ ਆਮ ਟੈਲਿੰਗ ਯੂ ਤੁਸੀਂ ਵੱਡੀਆਂ ਪੋਜੀਸ਼ਨਸ ਤੇ ਬਿਠਾਉਣ ਲਈ ਬੈਠਣ ਲਈ ਬੜੇ ਹੋਇਓ ਆਮੀਨ ਕਹਿੰਦਾ ਪਰਮੇਸ਼ਰ ਯੂਸਫ ਦੇ ਨਾਲ ਸੀ ਤੇ ਉਹ ਕਾਮਯਾਬ ਇਨਸਾਨ ਸੀ ਹੱਲੇ ਯੂਸਫ ਕਾਮਯਾਬ ਇਨਸਾਨ ਬੜਿਆ ਨਹੀਂ ਸੀ ਉਹਨੇ ਹੱਲੇ ਬੜਨਾ ਸੀ ਪਰ ਪਰਮੇਸ਼ਰ ਉਹਦੇ ਨਾਲ ਸੀ ਇਸ ਕਰਕੇ ਉਹ ਕਾਮਯਾਬ ਇਨਸਾਨ ਸੀ ਹੋ ਸਕਦਾ ਮੈਂ ਹੱਲੇ ਉੱਥੇ ਪਹੁੰਚਿਆ ਨਹੀਂ ਜਿੱਥੇ ਮੈਨੂੰ ਨਾ ਚਾਹੀਦਾ ਪਰ ਮੈਂ ਸਕਸੈਸਫੁਲ ਹਾਂ ਕਿਉਂਕਿ ਮੇਰੇ ਨਾਲ ਪਰਮੇਸ਼ਰ ਆ ਅੱਜ ਮੈਨੂੰ ਸ਼ੈਤਾਨ ਮੇਰੀ ਨੀਂਦ ਤੋਂ ਰੋਕ ਨਹੀਂ ਸਕਦਾ ਵਾਏ ਬਿਕੋਜ਼ ਮੈਂ ਉਹਦਾ ਕੀਆ ਬਲਵਡ ਆ ਆ ਤੁਹਾਨੂੰ ਪਤਾ ਲੱਗ ਗਿਆ ਨੀਂਦ ਨੀਂਦ ਨਹੀਂ ਆ ਰਹੀ ਕਿਉਂ ਨਹੀਂ ਆ ਰਹੀ ਗੋਗਸਾਨ ਨੂੰ ਦਲਾਦਾ ਗਾਤ ਰਿਆ ਰੂੜੀਓ ਚੱਕ ਕੇ ਪਤਵੰਤਾ ਬਿਠਾਤਾ ਉਹ ਬੱਲੇ 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 ਕਰੇ ਗਏ ਰੂੜੀ ਦੇ ਵੀ ਥੱਲੇ بڑے ਹੋਏ ਫੀਲ ਕਰਦੇ ਆ ਇਨਫੀਰੀਓਲਟੀ ਹੂੰ ਕਿ ਮੈਂ ਕਾਹੇ ਜੋਗਾ ਨਹੀਂ ਲਿਸਨ ਕੋਈ ਵੀ ਬੰਦਾ ਕਾਹੇ ਜੋਗਾ ਨਹੀਂ ਟੂ ਬੀ ਵੈਰੀ ਓਨਸਟ ਵਿਦ ਯੂ ਹੂੰ ਈਸ਼ਮਸੀ ਜਾਣਦੇ ਉਹਦੇ ਚੇਲਿਆਂ ਨੂੰ ਭੜਕ ਕੇ ਹਨਾ ਲੋਗ ਤੇ ਕਹਿੰਦੇ ਪ੍ਰਭੂ ਅੱਗ ਮਗਾਈਏ ਫਿਰ ਈਸ਼ਮਸੀ ਨੇ ਕਿਹਾ ਨੋ ਅਗਨੀ ਵਿੱਚ ਅੱਗ ਬਰੋਂ ਨਹੀਂ ਆਇਆ ਮੈਂ ਮੈਂ ਬਚਾਉਣ ਆਇਆ ਇਹਨਾਂ ਨੂੰ ਹੂੰ ਪੜਕ ਗਏ ਕਹਿੰਦੇ ਮਗਾਈਏ ਫਿਰ ਅੱਗ ਦੇਖੋ ਪਰਮੇਸ਼ਰ ਨੇ ਤੁਹਾਨੂੰ ਅਥਾਰਟੀ ਦਿੱਤੀ ਆ ਉਹਨੇ ਤੁਹਾਨੂੰ ਚੰਗੇ ਲਈ ਦਿੱਤੀ ਆ ਮਿਸਯੂਜ਼ ਕਰਨ ਨਹੀਂ ਦਿੱਤੀ ਕਿੰਨੇ ਆੜੇ ਸਮਝਦੇ ਇਸ ਗੱਲ ਨੂੰ ਉੱਥੇ ਉਹ ਕਹਿੰਦੇ ਤੇ ਜੀਸਸ ਜੀ ਕਹਿੰਦੇ ਓਕੇ ਠੀਕ ਆ ਮਗਾ ਲਓ ਆ ਜਾਣੀ ਸਮਝ ਰਹੇ ਬੋਲੋ ਮੈਂ ਆਪਣਾ ਸਟੈਂਡ ਲਊਗਾ ਜਦੋਂ ਮੈਂ ਦੁੱਖ ਚੋਂਗਾ ਮੈਂ ਪਰਮੇਸ਼ਰ ਨੂੰ ਪੁਕਾਰੂੰਗਾ ਉਹ ਮੈਨੂੰ ਉੱਤਰ ਦੇਊਗਾ ਆਮਨ ਜ਼ਬੂਰ ਕੰਨ ਵਿੱਚ ਹੀ ਲਿਖਿਆ ਕਹਿੰਦਾ ਦੁੱਖ ਦੇ ਵੇਲੇ ਮੈਨੂੰ ਪੁਕਾਰ ਮੈਂ ਤੈਨੂੰ ਸਮਝ ਰਹੇ ਏ ਖੋਲੋ ਅੱਗੇ वचन ਮੇਰਨਾ ਹੋਰ ਸੈਕਿੰਡ ਕੋਰਿੰਥIANS ਚੈਪਟਰ 11 ਵਰਸ ਨੰਬਰ 14 ਇਹ ਜੋ ਮੈਂ ਪੜਨ ਲੱਗਾ ਐ ਬੜੀ ਡੀਪ ਚੀਜ਼ ਆ ਧਿਆਨ ਨਾਲ ਸੁਣਿਓ ਹਾਂਜੀ ਬ੍ਰਦਰ ਸੈਕਿੰਡ ਕੋਰਿੰਥIANS ਕੀ ਬੋਲੇ ਆ ਮੈਂ ਵਰਸ ਚੈਪਟਰ 11 ਵਰਸ ਨੰਬਰ 14 ਦੂਜਾ ਕੋਰਿੰਥੀਆ 11 ਦੀ 14 ਅੱਗੇ ਕਰੋ ਹਾਂਜੀ ਹੂੰ ਕਹਿੰਦੇ ਅੱਜ ਮੈਂ ਲਾਈਟ ਦੇਖੀ ਓਏ ਹੋਏ ਹੋਏ ਹੋ ਅੱਜ ਮੈਨੂੰ ਸੁਪਨਾ ਆਇਆ ਮੈਂ ਬੜੀ ਲਾਈਟ ਦੇਖੀ ਪਾਸਟਰ ਹਰਪਜਨ ਬਾਰੇ ਸੁਣਿਆ ਕਿਸੇ ਨੇ ਹਮ ਪਾਸਟਰ ਦਿਵਲ ਦੇ ਹੈਨਾ ਫਾਦਰ ਕਹਿੰਦੇ ਮੈਂ ਇੱਕ ਦਿਨ ਸੁੱਤਾ ਹੈਗਾ ਮੇਰੇ ਸੁਪਨੇ ਦੇ ਵਿੱਚ ਸ਼ੈਤਾਨ ਆਇਆ ਉਹਦੀ ਬੁੱਕ ਮੈਂ ਪੜ੍ਹੀ ਸੀ ਚਾਨਣ ਹੀ ਚਾਨਣ ਪਤਾ ਕੀ ਕਹਿੰਦਾ ਜਾ ਕੇ ਰੇਲ ਗੱਡੀ ਥੱਲੇ ਸੁਸਾਈਡ ਕਰ ਲਾ ਕਹਿੰਦੇ ਮੈਂ ਤਾਂ ਯਕੀਨ ਕਰ ਲਿਆ ਇੰਨੀ ਲਾਈਟ ਕਹਿੰਦੇ ਮੈਂ ਕਿ ਖੁਦਾ ਹੀ ਖੁਦ ਕਹਿੰਦਿਆ ਮੈਨੂੰ ਕਿ ਤੇਰਾ ਕੰਮ ਪੂਰਾ ਹੋ ਗਿਆ ਇੱਥੇ ਜਲ ਖਤਮ ਕਰ ਦੇ ਆਪਣੇ ਆਪ ਨੂੰ ਕਹਿੰਦੇ ਮੈਂ ਗਿਆ ਮੈਂ ਚੱਲ ਗਿਆ ਮੈਂ ਉੱਥੇ ਲੱਗੇ ਪਹੁੰਚਿਆ ਆਵਾਜ਼ ਆਈ ਸਟਾਪ ਐਨਮੀ ਕਈ ਆਰੀ ਚਾਨਣ ਦਾ ਰੂਪ ਧਾਰਨ ਕਰਕੇ ਆਂਦਾ ਕਈ ਆਰੀ ਉੱਥੋਂ ਵੀ ਆ ਜਾਂਦਾ ਜਿੱਥੋਂ ਤੁਹਾਨੂੰ ਕੋਈ ਆਸ ਵੀ ਨਹੀਂ ਹੁੰਦੀ ਕਿੱਥੋਂ ਆ ਸਕਦਾ ਇਸ ਕਰਕੇ ਸਪਿਰਿਟ ਦੇ ਵਿੱਚ ਅਗਰ ਮੈਂ ਤੁਹਾਨੂੰ ਭਾਂਡੇ ਵਾਲੇ ਦਿਖਾਈ ਅਗਰ ਤੁਹਾਡਾ ਭਾਂਡਾ ਤੁਸੀਂ ਖੁੱਲੇ ਹੋਏ ਆ ਕਿਸੇ ਨੇ ਆਣ ਕੇ ਕੁਝ ਕਹਿਣਾ ਉਹ ਵਿੱਚ ਟਪਕਦਾ ਨਹੀਂ ਪਾ ਜਾਣਾ ਫਸ ਜਾਣਾ ਫਿਰ ਤੁਸੀਂ ਬੋਲੋ ਪਰਮੇਸ਼ਰ ਮੈਨੂੰ ਆਤਮਵਾਦੀ ਪਰਖ ਕਰਨੀ ਸਿਖਾ ਤਾਂਕਿ ਮੈਂ ਭੁਲਾਵੇਚ ਨਾ ਪਾਵਾਂ ਤੇ ਕਿਤੇ ਫਸ ਨਾ ਜਾਵਾਂ ਆਮੇਨ ਐਂਡ ਉਹਨੇ ਤੁਹਾਡੀ ਪ੍ਰਾਰਥਨਾ ਸੁਣ ਲਈ ਆ ਤੁਸੀਂ ਫਸਣ ਲੱਗੂਗੇ ਤੁਹਾਨੂੰ ਫਸਣ ਤੋਂ ਬਚਾ ਲੂਗਾ ਇੰਦਾ ਮਾਈ ਦੀ ਨੇਮ ਆਫ ਜੀਜ਼ਸ ਉਹ ਟੋਆ ਜੋ ਦੁਸ਼ਮਣ ਨੇ ਤਾਰ ਲਈ ਪੱਟਿਆ ਉਹ ਖੁਦ ਉਹਦੇ ਵਿੱਚ ਡਿੱਗੂਗਾ ਉਹ ਮੈਂ ਤੁਹਾਨੂੰ ਕਹਿ ਰਿਹਾ ਉਹ ਤੁਹਾਡੀ ਅੱਖਾਂ ਤੋਂ ਡਿਸਪੀਅਰ ਹੋ ਜਾਊਗਾ ਤੁਸੀਂ ਟੋਏ ਦੇ ਉੱਤੋਂ ਇੱਕ ਪੱਧਰੀ ਜ਼ਮੀਨ ਵਾਂਗ ਲੰਘ ਜੂਗੇ ਉਹ ਖੋਦੋ ਦੇ ਵਿੱਚ ਡਿੱਗ ਜੂਗਾ ਇੰਦਾ ਨੇਮ ਆਫ ਜੀਜ਼ਸ ਹਾਲੇਲੂਇਆ ਕਿੰਨੇ ਆਣ ਸਮਝਦੇ ਤੁਸੀਂ ਆਪਣਾ ਸਟੈਂਡ ਲੈਣਾ ਮੈਂ ਬਾਰ ਬਾਰ ਤੁਹਾਨੂੰ ਇਹ ਕਹਿ ਰਿਹਾ ਆਪਣਾ ਸਟੈਂਡ ਤੇ ਉਹਦਾ ਕੀ ਕਰਨਾ ਸਾਹਮਣਾ ਫਿਰ ਕੀ ਹੋਊਗਾ ਦੌੜਾਂ ਲੱਗ ਜੂਗੀ ਉਹਦੀਆਂ ਰਾਈਟ ਬਰਦਰ ਖੜਨਾ ਹੈ ਭੱਗ ਜਾਏਗਾ ਉਹ ਕਹਦਾਈ ਸੌ ਚਟਾਨ ਹਾਉ ਹਾਉ ਇਸ ਦਾ ਸੌਂਗ ਉੱਠਤੇ ਹੋਏ ਤੂਫਾਨੋਂ ਮੇ ਤੂ ਹੀ ਮੇਰੀ ਚਟਾਨ बढती हुई ਸੀ ਦੇਖੋ ਇੱਥੇ ਯਹਾਂ ਇੱਥੇ ਕੀ ਹੋ ਰਿਹਾ ਕਹਿੰਦਾ ਤੂਫਾਨ ਉੱਠ ਰਿਹਾ ਮੇਰੀ ਚਟਾਨ ਤੂੰ ਐ ਤੂਫਾਨ ਉੱਠਣੋਂ हटਣੀ ਉੱਠੀ ਜਾਣੇ ਅੱਜ ਬੰਦਾ ਸੋਚਦਾ ਓਕੇ ਮੇਰਾ ਕੰਮ ਡਨ ਹੋ ਜਾਏ ਫਿਰ ਮੈਂ ਫਰੀਆ ਫਿਰ ਪ੍ਰਭੂ ਜੀ ਰੋਜ਼ 5 ਘੰਟੇ ਪ੍ਰੇਅਰ ਕੰਮ ਨਹੀਂ ਮੁੱਕਨੇ ਜਿੰਦ ਮੁੱਕ ਜਾਣੀ ਇਹ ਤੁਹਾਡੇ ਬਾਹਨੇ ਵੀ ਨਹੀਂ ਮੁੱਕਨੇ ਤੀ ਇਹ ਕਹਿੰਦਾ ਨਮਾ ਬਹਨਾ ਕਢ ਕੇ ਲੈਂਦੇ ਪ੍ਰਭੂ ਜੀ ਆਹ ਦੇਖ ਲਓ ਉਹ ਕਹਿੰਦਾ ਬੱਸ ਕਰ ਬੈ ਜਾਓ ਬੈਠਾ ਮੈਨੂੰ ਪਤਾ ਜ਼ਰਾ ਮੈਨੂੰ ਪਾ ਦੋ ਕਿੰਨੇ ਕ ਪਾਣੀ ਚਾਂ ਕਿੰਨੇ ਕ ਦੁੱਧ ਚਾਂ ਕਿੰਨੇ ਕ ਜੂਸ ਚਾਂ ਕਮ ਆਨ ਸਮਝਦੇ ਪਰਮੇਸ਼ਰ ਤੁਹਾਨੂੰ ਕੀ ਕਹਿੰਦਾ ਕੀ ਕਰਨਾ ਸਟੈਂਡ ਲੈਣਾ ਹallelujah ਆਪੋ ਬਚਨ ਪੜ੍ਹ ਰਹੇ ਕਹਿੰਦਾ ਉਹ ਨੋ ਵੰਡਰ ਕਹਿੰਦਾ ਇਹ ਵੱਡੀ ਗੱਲ ਨਹੀਂ ਐਨੋਖੀ ਗੱਲ ਨਹੀਂ ਆ ਇਹ ਕਹਿੰਦਾ ਕੀ ਕਹਿੰਦਾ ਫੋਰ ਸੇਟਨ ਹਿਮਸੈਲਫ ਟਰਾਂਸਫਾਰਮਸ ਹਿਮਸੈਲਫ ਇਨਟੂ ਐਨ ਐਂਜਲ ਆਫ ਲਾਈਟ ਪਰ ਮੈਂ ਚੀਦਾਦਾ ਜਦੋਂ ਹਵਾ ਦੇ ਕੋਲੋਂ ਸੱਪ ਬਣ ਕੇ ਆਇਆ ਹਨਾ ਜੋ ਸੱਪ ਸੱਪ ਦੇ ਰੂਪ ਚ ਆਇਆ ਉਹ ਦੇਖਣ ਨੂੰ ਲੱਗਦਾ ਹੀ ਨਹੀਂ ਹੁਣਾਂ ਉਹਨੂੰ ਕਿ ਇਹ ਇਹ ਮੇਰਾ ਨੁਕਸਾਨ ਕਰੂਗਾ ਲਗਾਏ ਮੇਰਾ ਭਲਾ ਹੀ ਚੋਂਦਾ ਉਹ ਖਾਲਾ ਖਾਲਾ ਕੋਈ ਗੱਲ ਨਹੀਂ ਪਰਮੈਸ਼ਰ ਹੀ ਜਾਂਦਾ ਕਿ ਤੈਨੂੰ ਚੰਗੇ ਤੇ ਬੁਰੇ ਚ ਪਤਾ ਲੱਗੇ ਉਹ ਤੈਨੂੰ ਤੈਨੂੰ ੜਕਣਾ ਜਾਂਦਾ ਉਹ ਖਾਲਾ ਸਮਝ ਰਹੇ ਫਿਰ ਤੋ ਬੋਲੋ ਮੈਂ ਆਪਣਾ ਸਟੈਂਡ ਲਊਗਾ ਮੈਂ ਉਹਦਾ ਸਾਹਮਣਾ ਕਰੂੰਗਾ ਉਹ ਮੇਤੋਂ ਭੱਜੂਗਾ ਆਮੀਨ ਆਪਾਂ ਇੱਕ ਹੋਰ ਵਚਨ ਪੜ੍ਹਦੇ ਹਾਂ ਕਵਿਕਲੀ ਫਰਸਟ ਕਿੰਗਸ ਚੈਪਟਰ 11 ਵਰਸ ਨੰਬਰ 5 ਐਂਡ 6 ਪਹਿਲਾ ਰਾਜਾ 11 ਦਿਹਾੜਿਆਂ ਦੀ 5 ਤੇ 6 ਨੰਬਰ ਆਇਤ ਯੈਸ ਹਾਂ ਕੀ ਲਿਖਿਆ ਸੁਲੇਮੋਨ ਨੇ ਕੀ ਕੀਤਾ ਸਿਦੋਨੀਆਂ ਦੀ ਦੇਵੀ ਅਸ਼ਤਾਰੋਥ ਅਤੇ ਅਮੋਨੀਆਂ ਦੇ ਕਿਣੌਣੇ ਦੇਵਤੇ ਮਿਲਕੋਮ ਦੇ ਪਿੱਛੇ ਚੱਲਿਆ ਅੱਗੇ ਅਗਲੀ ਵਰਸ ਬ੍ਰਦਰ ਹਾਂ ਜੀ ਤੁਹਾਨੂੰ ਮੈਂ ਜੀ ਦਤਾ ਅਗਰ ਦਾ ਪਰਮੈਸ਼ਰ ਨੇ ਤੁਹਾਨੂੰ ਚਾਬੀ ਦੇ ਕੇ ਇੱਧਰ ਨੂੰ ਤੋੜਨਾ ਹੈ ਤੇ ਇੱਧਰ ਨੂੰ ਤੋੜਨਾ ਹੈ ਉਹਨੇ ਤੁਹਾਨੂੰ ਰੋਬਟ ਹੀ ਬਣਾਣਾ ਹੈ ਪਰ ਜੇ ਤੁਹਾਨੂੰ ਰੋਬਟ ਨਹੀਂ ਬਣਾਇਆ ਉਹਨੇ ਤੁਹਾਨੂੰ ਕੀ ਦਿੱਤੀ ਆ ਫ੍ਰੀ ਵਿਲ ਉਹਨੇ ਤੁਹਾਨੂੰ ਚੂਜ਼ ਕਰਨ ਦੀ ਤਾਕਤ ਦਿੱਤੀ ਆ ਕਹਿੰਦਾ ਅੱਜ ਮੈਂ ਤੇਰੇ ਅੱਗੇ ਚੰਗਾ ਰੱਖਦਾ ਬੁਰਾ ਰੱਖਦਾ ਜੋ ਚੰਗਾ ਚੰਗਾ ਚੁਣੂਗਾ ਚੰਗਾ ਆਊਗਾ ਬੁਰਾ ਚੁਣੂਗਾ ਬੁਰਾ ਆਊਗਾ ਹੁਣ ਦਾਊਦ ਨੇ ਏਡੇ ਏਡੇ ਖੁਦਾ ਦੇ ਕੰਮ ਕੀਤੇ ਕਹਿੰਦਾ ਸੁਲੇਮਨ ਉਹ ਕਰ ਨਹੀਂ ਪਾਇਆ ਕਹਿੰਦਾ ਉਹ ਪੁੱਠੇ ਕੰਮਾਂ 'ਚ ਪੈ ਗਿਆ ਐਂਡ ਇਸ ਗੱਲ ਤੋਂ ਪਰਮੇਸ਼ਰ ਖੁਸ਼ ਨਹੀਂ ਸੀ ਆਬਵੀਅਸਲੀ ਤੁਹਾਡਾ ਬੱਚਾ ਤੁਹਾਡਾ ਕਹਿਣਾ ਨਾ ਮੰਨੇ ਐਂਡ ਬਾਹਰ ਜਾਵੇ ਤੁਸੀਂ ਖੁਸ਼ ਹੋਵੋਗੇ ਨਾ ਯੂ ਵਿਲ ਬੀ ਅਪਸੈਟ ਕਹਿੰਦਾ ਸੁਲੇਮਾਨ ਨੇ ਉਹ ਕੰਮ ਕੀਤੇ ਤੇ ਪਰਮੇਸ਼ਰ ਉਸੀ ਤੋਂ ਨਾਰਾਜ਼ ਹੋਇਆ ਦੇਖੋ ਜਦੋਂ ਬੰਦਾ ਫਸਦਾ ਉਹਦੇ ਵਿੱਚ ਹੁਣ ਸੁਲੇਮਾਨ ਉਹਨੇ ਤੇ ਉਹਨੇ ਦੀ ਇੰਟੈਂਸ਼ਨ ਵੀ ਨਹੀਂ ਹੋਣੀ ਕਿ ਮੈਂ ਇਹ ਕੰਮ ਕਰੂੰਗਾ ਉਹ ਤੇ ਪਹਿਲੇ ਦਿਨ ਤੋਂ ਕੀ ਮੰਗ ਰਿਹਾ ਸੀ ਪਰਮੇਸ਼ਰ ਤੋਂ ਵਿਜ਼ਡਮ ਪਰਮੇਸ਼ਰ ਕਹਿੰਦਾ ਕੀ ਮੰਗਦਾ ਮੈਨੂੰ ਪਰਮੇਸ਼ਰ ਵਿਜ਼ਡਮ ਮੰਗਦਾ ਕੀ ਕਰਨ ਲਈ ਤੇਰੇ ਲੋਕਾਂ ਨੂੰ ਜੱਜ ਕਰਨ ਲਈ ਚੰਗਾ ਲੀਡ ਕਰਨ ਦੇ ਲਈ ਉਹਦੀ ਪਹਿਲੇ ਦਿਨ ਤੋਂ ਇੰਟੈਂਸ਼ਨਸ ਕੀ ਸੀਗੀਆਂ ਚੰਗੀਆਂ ਸੀਗੀਆਂ ਪਰ ਤੁਹਾਨੂੰ ਪਤਾ ਇੱਕ ਜਗ੍ਹਾ ਪਰਮੇਸ਼ਰ ਯਿਸੂ ਮਸੀਹ ਪਤਰਸ ਨੂੰ ਕੀ ਕਹਿੰਦੇ ਹੈ ਸ਼ੈਤਾਨ ਮੈਤੋਂ ਪਰ ਯਿਸੂ ਮਸੀਹ ਨੇ ਪਤਰਸ ਨੂੰ ਸ਼ੈਤਾਨ ਕਹ ਤੋ ਕਿਹਾ ਹੂੰ ਕੋਈ ਜਵਾਬ ਦੇਣਾ ਚਾਹੂਗਾ ਦੱਸੋ ਬੋਲੋ ਹੂੰ ਐ ਸ਼ੈਤਾਨ ਬੋਲ ਰਿਹਾ ਹਾਂ ਪਰ ਇਹ ਤੁਸੀਂ ਕਿੱਦਾਂ ਕਹਿ ਸਕਦੇ ਕਦੋਂ ਬੰਦਾ ਸ਼ੈਤਾਨ ਇਹਦੇ ਵਿੱਚ ਬੋਲ ਰਿਹਾ ਤੇ ਕਦੋਂ ਨਹੀਂ ਬੋਲ ਰਿਹਾ ਹੂੰ ਐਗਜ਼ੈਕਟਲੀ ਇਹ ਪਰਮੇਸ਼ਰ ਦੀ ਵਿੱਲ ਦੇ ਵਿਰੋਧ ਸੀ ਸਮਝ ਗਏ ਫਿਰ ਇਹ ਸ਼ੂ ਮਸੀਹ ਨੇ ਕਿਹਾ ਕਿ ਪਰਹੋ ਜਾ ਇਹ ਤੂੰ ਮੇਰੇ ਪਿਤਾ ਦੀ ਵਿੱਲ ਦੇ ਵਿਰੁੱਧ ਗੱਲ ਕਰ ਰਿਹਾ ਐਂਡ ਵਾਟ ਗੈਟ ਅਵੇ ਫਰੋ ਮੀ ਅੱਜ ਅਗਰ ਦੇਖੋ ਕਈਆਰੀ ਨਾ ਠੀਕ ਆ ਮੈਂ ਸਮਝਦਾ ਜਦੋਂ ਆ ਪ੍ਰੋਫੈਟ ਕਹਿਣਾ ਸੀ ਇਹ ਗੰਦੀ ਗੱਲ ਕਰਦੇ ਆ ਆਪਣੀ ਚਰਚ ਦੇ ਵਿੱਚ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਇਹ ਅਮਰੀਕਾ ਦੇ ਵਿੱਚ ਪਾਸਟਰ ਸੀਗੇ ਉਹਨਾਂ ਦੀ ਚਰਚ ਦੇ ਵਿੱਚ ਇਦਾਂ ਕਈ ਅਗਰ ਉਹਨਾਂ ਨੂੰ ਕਿਸੇ ਚ ਕੁਝ ਗਲਤ ਨਜ਼ਰ ਆਇਆ ਉਹਨੇ ਖੜ ਕੇ ਉਸੇ ਵੇਲੇ ਉਹਨੂੰ ਕਹਿਣਾ ਇੰਨੀ ਬੋਲ ਨਾਲ ਕਿ ਉਹ ਤੂੰ ਗਲਤ ਕਰ ਰਿਹਾ ਫਿਕਸ ਥਿਸ ਪਰ ਚਲੋ ਠੀਕ ਆ ਕਈ ਨਹੀਂ ਇਦਾਂ ਕਹਿੰਦੇ ਹਨ ਕਈ ਹੁੰਦਾ ਕਿ ਚਲ ਠੀਕ ਆ ਮੈਂ ਤੈਨੂੰ ਪਰਸਨਲੀ ਕਹਿ ਦੂੰਗਾ ਜਾ ਕੇ ਸੁਣੋ ਮੇਰੀ ਗੱਲ ਅਗਰ ਅਸੀਂ ਉਹਦੇ ਕੋਲੋਂ ਪਰਖ ਕਰਨ ਦਾ ਮੰਗਿਆ ਹੀ ਨਹੀਂ ਉਹਦੇ ਕੋਲੋਂ ਗਿਫਟ ਤੋਹਫਾ ਤਾਂ ਫਿਰ ਤੂੰ ਹੀ ਫਸੂਗੇ ਗੱਲਾਂ ਚਾਹੋਗੇ ਫਿਰ ਸਮਝ ਰਹੇ ਪਰਮੇਸ਼ਰ ਦੇ ਮੋਹਰੇ ਬੈਣਾ ਤੇ ਕੀ ਕਹਣਾ ਪਰਮੇਸ਼ਰ ਮੈਨੂੰ ਕੀ ਦੇ ਡਿਸਰਨਮੈਂਟ ਦਾ ਆਤਮਾ ਦੇ ਗਿਫਟ ਦੇ ਤਾਂ ਕਿ ਮੈਂ ਪਰਖ ਕਰਾਂ ਕਿਹੜੀ ਚੀਜ਼ ਮੇਰੇ ਲਈ ਚੰਗੀ ਹੈ ਕਿਹੜੀ ਚੀਜ਼ ਮੇਰੇ ਲਈ ਤੇ ਮੈਂ ਆਪਣਾ ਕੀ ਕਰੂੰਗਾ ਫਿਰ ਸਟੈਂਡ ਲਵਾਂਗਾ ਜਿੱਥੇ ਮੈਨੂੰ ਪਤਾ ਹੈ ਗਲਤਿਆ ਮੈਂ ਉੱਥੇ ਉਹ ਗਲਤ ਵਿੱਚ ਕੰਮ ਨਹੀਂ ਕਰੂੰਗਾ ਹallelujah ਕਿੰਨੇ ਨੇ ਸਮਝੇ ਇਸ ਇਸ ਵਚਨ ਨੂੰ ਅੱਜ ਆਪਣੇ ਪੈਰਾਂ ਦੇ ਖੜੇ ਹੋ ਜੋ ਸਭ ਜਨ ਟੇਕ ਯੂਰ ਸਟੈਂਡ ਮੈਂ ਤੁਹਾਨੂੰ ਦੱਸਣਾ ਚਾਹਨਾ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਯੂ ਆਰ ਬlesed ਹੀ ਲਵਸ ਯੂ ਓ ਆਮ ਟੈਲਿੰਗ ਯੂ ਅੱਜ ਆਈ ਡੋਨਟ ਨੋ ਟੂਡੇ ਸਮਥਿੰਗ ਇਜ਼ ਡਿਫਰੈਂਟ ਮੈਂ ਜਦੋਂ ਉਹ ਤੋਂ ਆਇਆ ਆਈ ਵਾਸ ਲਾਈਕ ਮੇਰਾ ਆਤਮ ਮੈਨੂੰ ਕਹਿ ਰਿਹਾ ਯੂ نو ਓਇਲ ਓਇਲ ਲੈ ਕੇ ਆਓ ਐਕਚੁਅਲੀ ਓਇਲ ਲੈ ਕੇ ਆਓ

ਵਾਜ ਆ ਰਹੀ ਹੈ ਓਏ ਨਾ ਨਾ ਹਾਕਮ ਨਾ ਕਰ ਸਟਾਪ ਸਟਾਪ ਨੋ ਸੋਚ ਬੰਦਿਆ ਆਵਾਜ਼ ਨਹੀਂ ਸੁਣ ਰਹੀ ਹੂੰ ਫਿਰ ਜਦੋਂ ਪ੍ਰੇਅਰ ਕਰਦੇ ਹੋਂ ਨਾ ਬੇਨੇ ਫਿਰ ਕੀ ਹੁੰਦਾ ਸਵਿਚ ਕੀ ਹੁੰਦਾ ਆਨ ਹੋ ਜਾਂਦਾ ਅੱਜ ਤੁਹਾਡੇ ਆਤਮੇ ਤੇ ਸਵਿਚ ਆਨ ਹੋਣੀ ਸ਼ੁਭ ਸਿਦੇ ਨਾਟ ਆਮੇਨ ਓ ਆਮ ਟੈਲਿੰਗ ਯੂ ਜਿੱਥੇ ਕਿਤੇ ਤੁਸੀਂ ਗਲਤ ਵਿੱਚ ਫਸੇ ਸਿਗੇ ਪੀ ਟੈਲੀਵਾਜ ਇਨ ਨੇਮ ਆਫ ਜੀਜ਼ਸ ਆਮੇਨ ਬੋਲੋ ਮੈਂ ਆਪਣਾ ਸਟੈਂਡ ਲਵਾਂਗਾ ਮੈਂ ਖੜੂਗਾ ਮੈਂ ਖੜੂਗੀ ਮੈਂ ਕਰੂਗਾ ਮੈਂ ਕਰੂਗੀ ਇਨ ਦਾ ਨੇਮ ਆਫ ਜੀਸਸ ਅਮੀਨ ਰੀਬੋ ਥਲਮਹਾ ਬੋਲੋ ਪਰਮੇਸ਼ਰ ਆਜ ਦੇ ਬਚਨ ਦੁਆਰਾ ਮੈਂ ਵਿਸ਼ਵਾਸ ਕਰਦਾ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਰੈਵਿਲੇਸ਼ਨ ਆਈਆ ਕਿ ਮੈਂ ਆਪਣਾ ਸਟੈਂਡ ਲੈਣਾ ਮੈਂ ਖੜਨਾ ਤਾਂ ਮੈਂ ਚੀਜ਼ ਹਾਂ ਤਾਂ ਜਦੋਂ ਹੀ ਨਾ ਕਿਸੇ ਚੀਜ਼ ਨੂੰ ਨਵੀਂ-ਨਵੀਂ ਸਟਾਰਟ ਕਰਦੇ। ਹੈਲਪ ਕਰੋ ਯਾਰ ਹੈਲਪ ਕਰੋ ਹੈਲਪ ਕਰੋ। ਵੈਰੀ ਬਟ ਯੂ نو ਵਾਟ? ਵੈਰੀ ਸਟਰੋਂਗ। ਮੈਂ ਦੋ ਹੱਥਾਂ ਨਾਲ ਵੀ ਚੱਕੂਗਾ ਤੇ ਮੈਂ ਟੇਡਾ ਹੋ ਗਿਆ ਨਾ ਹੀ। ਗੁੱਡ। ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ। ਜੇ ਉਹ ਦੀ ਕਿਸੇ ਚੀਜ਼ ਨੂੰ ਸਟਾਰਟ ਕਰਦੇ ਨਾ ਬន្តែ ਜੋ ਕਿਸੇ ਚੀਜ਼ ਨੂੰ ਸਟਾਰਟ ਕਰਦੇ ਆਪਾਂ ਬੜੇ ਫਾਰਮੈਲਟੀ ਦੇ ਵਿੱਚ ਕਰਦੇ ਆਂ ਬੜੇ ਫਾਰਮੂਲੋ ਨੇ। ਮੈਂ ਇਹ ਨਹੀਂ ਆ ਕਿ ਇੱਥੇ ਮੈਂ ਕੁਝ ਜ਼ਿਆਦਾ ਫਾਰਮੂਲਾ ਤੇ ਮੈਨੂੰ ਪਰਸਨਲੀ ਮੈਂ ਕੁਝ ਹੋ ਰਿਹਾ। ਜੋ ਮੈਂ ਇੱਥੇ ਆਵਾ ਪਰਸਨਲ ਚ ਵੀ ਉਹੀ ਆ। ਸਤਿ ਸ੍ਰੀ ਅਕਾਲ ਜਦੋਂ ਹੀ ਕੇਜੀ ਨੂੰ ਸਟਾਰਟ ਕਰਦੇ ਅਸੀਂ ਉਹਦੇ ਵਿੱਚ ਕੁਝ ਹੋਰ ਹੋਣੇ ਪਹਿਲਾਂ ਪਰ ਹੌਲੀ ਹੌਲੀ ਆਪਾਂ ਜੋ ਰੀਅਲ ਆ ਪਰਮੇਸ਼ਰ ਸਾਨੂੰ ਉਹਦੇ ਵਿੱਚ ਲੈ ਆਉਂਦਾ ਸੋ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਉਹ ਮੇਰੇ ਉਹ ਇਹ ਆ ਕਿ ਮੇਰੇ ਬੋਲਣ ਦਾ ਢੰਗ ਮੇਰੇ ਦੇਖਣ ਦਾ ਢੰਗ ਮੇਰੇ ਕਹੇ ਚੀਜ਼ ਨੂੰ ਕਰਨ ਦਾ ਢੰਗ ਜੋ ਮੈਂ ਨਵਾਂ ਨਵਾਂ ਸਟਾਰਟ ਕਰ ਰਿਹਾ ਉਹ ਅਲੱਗ ਹੁਣਾ ਪਰ ਹੌਲੀ ਹੌਲੀ ਉਹਦੇ ਵਿੱਚ ਕੀ ਹੋਣਾ ਪੈਣੀ ਕਲੈਰਿਟੀ ਕਿੰਨੇ ਨੇ ਸਮਝ ਲੈ ਅੱਜ ਕਲੈਰਿਟੀ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਆਵੇ ਆਮੇਨ ਇਨ ਦਾ ਨੇਮ ਆਫ ਜੀਜ਼ਸ ਆਮੇਨ ਹਰ ਇੱਕ ਰਿਲੇਸ਼ਨਸ਼ਿਪ ਹਰੇਕ ਉਹ ਰਿਸ਼ਤਾ ਜੋ ਪਰਮੇਸ਼ਰ ਦੇ ਵੱਲ ਨਹੀਂ ਆ ਬੀ ਬਰੋਕਰਡ ਇਨ ਨੇਮ ਆਫ ਜੀਜ਼ਸ ਆਮੇਨ ਹਰੇਕ ਉਹ ਚੀਜ਼ ਜੋ ਸ਼ੈਤਾਨੀਆਂ ਬੀ ਦਲੇਵਾਟ ਆਜ਼ਾਦ ਹੋ ਜਾ ਉਹਨਾਂ ਚੀਜ਼ਾਂ ਤੋਂ